ਪੰਜਾਬੀ ਰੇਡੀਓ ਜੋ ਐਸ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰੋਤੇ ਪ੍ਰੋਗਰਾਮ ਖਬਰ 'ਤੇ ਨਜ਼ਰ। ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ, ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 408-272-5000। ਗੁਰਦੀਪ ਸਿੰਘ, ਬਿਰਦੀ ਕਲੋਵ, ਸਤਨਾਮ ਸਿੰਘ, ਸ਼ੇਰਗਿੱਲ, ਸਲਮਾ, ਮਨਜੀਤ ਸਿੰਘ, ਦੀਵਾਨਾ ਫਰਜਨੋ, ਗੁਰਚਰਨ ਸਿੰਘ, ਬਿਕਰਸਫੀਲਡ, ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ, ਜਿਨ੍ਹਾਂ ਦਾ ਫੋਨ ਨੰਬਰ 5599052575। ਇਹਨਾਂ ਤੋਂ ਤੁਸੀਂ ਰੀਫਾਈਨੈਂਸ ਕਰਾ ਸਕਦੇ ਹੋ ਅਤੇ ਘਰ ਵੀ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜਿਹੜਾ ਵੋਟਾਂ ਦਾ ਮਾਹੌਲ ਬਣਿਆ, ਵੋਟਾਂ ਹੋ ਵੀ ਰਹੀਆਂ ਬਹੁਤ ਸਾਰੇ ਰਾਜਾਂ ਦੇ ਵਿੱਚ, ਉੱਥੇ ਪੰਜ ਰਾਜਾਂ ਦੇ ਚੋਣ ਸਰਵੇਖਣਾਂ ਨੇ ਦੱਸਿਆ ਕਿ ਭਾਜਪਾ ਡਾਵਾਂਡੋਲਿਆ। ਦੇਖੋ ਐਗਜੈਕਟ ਕੀ ਹੁੰਦਾ ਹੈ ਤਾਂ ਜਿਹਨੂੰ ਪਤਾ ਲੱਗੂਗਾ, ਚੋਣ ਸਰਵੇਖਣ ਕਿੰਨੇ ਸਹੀ ਹੁੰਦੇ ਆ ਇਹਦੇ ਉੱਤੇ ਵੀ ਗਰੰਟੀ ਤਾਂ ਨਹੀਂ ਦਿੱਤੀ ਜਾ ਸਕਦੀ, ਪਰ ਇੰਨਾ ਜ਼ਰੂਰ ਆ ਕਿ ਲੋਕਾਂ ਦੀ ਉਤਸੁਕਤਾ ਜਿਹੜੀ ਆ ਉਹ ਜ਼ਰੂਰ ਬਣੀ ਰਹਿੰਦੀ ਆ ਇਹਨਾਂ ਚੋਣ ਸਰਵੇਖਣਾਂ ਦੀ ਵਜ੍ਹਾ ਕਰਕੇ। ਓਪੀਨੀਅਨ ਪੋਲ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਬਹੁਮਤ ਦੇ ਨਾਲ ਤੀਜੀ ਵਾਰੀ ਸਰਕਾਰ ਬਣਾ ਲੂਗੀ, ਉਹਨੂੰ 160 ਸੀਟਾਂ ਮਿਲ ਸਕਦੀਆਂ ਨੇ। ਹਾਲਾਂਕਿ ਪਿਛਲੀਆਂ ਚੋਣਾਂ ਦੇ ਮੁਕਾਬਲੇ ਤ੍ਰਿਣਮੂਲ ਕਾਂਗਰਸ ਸੀਟਾਂ ਘੱਟ ਸਨ। 2016 ਦੇ ਵਿੱਚ ਪਾਰਟੀ 211 ਸੀਟ 200 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਭਾਰਤੀ ਜਨਤਾ ਪਾਰਟੀ, ਇਸ ਜੇ ਓਪੀਨੀਅਨ ਪੋਲ ਨੂੰ ਮੰਨੀਏ ਤਾਂ ਉਹ ਅਜੇ ਵੀ ਸੱਤਾ ਤੋਂ ਲਾਂਭੇ ਰੂਪ 100 ਦੇ ਕਰੀਬ ਸੀਟਾਂ ਆ ਸਕਦੀਆਂ ਨੇ, 100 ਤੋਂ ਹੇਠਾਂ ਵੀ ਰਹਿ ਸਕ, ਪਰ ਉਹਨੂੰ ਵੱਡਾ ਸੀਟਾਂ ਦਾ ਫਾਇਦਾ ਜ਼ਰੂਰ ਹੋਊਗਾ। ਪਿਛਲੀਆਂ ਚੋਣਾਂ ਦੇ ਵਿੱਚ ਉਹਦੇ ਕੋਲ 3 ਸੀਟਾਂ ਜਿਹੜੀਆਂ ਉਹ ਸੀਗੀਆਂ। ਜ਼ਮੀਨੀ ਪੱਧਰ ਦੇ ਉੱਤੇ ਉਹਦਾ ਸੰਗਠਨ ਕਮਜ਼ੋਰ ਆ, ਉਹਦੇ ਬਾਵਜੂਦ ਪਾਰਟੀ ਦਾ ਵੋਟ ਪ੍ਰਤੀਸ਼ਤ ਜਿਹੜਾ ਉਹ ਵੱਧ ਰਿਹਾ। ਸਰਵੇ ਕਹਿੰਦਾ ਕਿ ਗੱਠਜੋੜ ਕਰਕੇ ਚੋਣ ਲੜ ਰਹੀ ਕਾਂਗਰਸ ਤੇ ਖੱਬੇ ਸੱਜਿਆਂ ਧਿਰਾਂ ਨੂੰ ਵੱਡਾ ਨੁਕਸਾਨ ਹੋਊਗਾ, ਉਹਨਾਂ ਦੇ ਗੱਠਜੋੜ ਦੇ ਕੋਲੇ ਵੱਧ ਤੋਂ ਵੱਧ 26 ਸੀਟਾਂ ਆ ਸਕੀਆਂ ਨੇ। ਰਾਜ ਦੇ ਵਿੱਚ 292 ਸੀਟਾਂ ਦੇ ਉੱਤੇ ਚੋਣਾਂ ਹੋਣੀਆਂ ਨੇ। ਬੰਗਾਲ ਦੇ ਵਿੱਚ ਮਮਤਾ ਬੈਨਰਜੀ ਮੁੱਖ ਮੰਤਰੀ ਦੇ ਵਾਸਤੇ ਅਜੇ ਵੀ ਪਸੰਦੀਦਾ ਨੇਤਾ ਬਣ, 55% ਲੋਕ ਉਹਨੂੰ ਪਸੰਦ ਕਰਦੇ ਆ। ਦੂਸਰੇ ਨੰਬਰ ਦੇ ਉੱਤੇ ਭਾਜਪਾ ਦੇ ਪੱਛਮੀ ਬੰਗਾਲ ਦੇ ਪ੍ਰਧਾਨ ਘੋਸ਼ ਨੇ। ਜੇ ਤਾਮਿਲਨਾਡੂ ਦੀ ਗੱਲ ਕਰੀਏ ਤਾਂ ਇਥਲੀ ਰਾਜ ਤਾਮਿਲਨਾਡੂ ਦੇ ਵਿੱਚ DMK ਕਾਂਗਰਸ ਗੱਠਜੋੜ ਸੱਤਾ ਦੇ ਵਿੱਚ ਵਾਪਸੀ ਦੇ ਵਾਸਤੇ ਲਗਭਗ ਤਿਆਰ ਹੈ। ਸਰਵੇ ਦੇ ਮੁਤਾਬਕ 34 ਵਿਧਾਨ ਸਭਾ ਮੈਂਬਰਾਂ ਵਾਲੀ ਇਸ ਤਾਮਿਲਨਾਡੂ ਦੇ ਵਿੱਚ ਕਾਂਗਰਸ ਤੇ DMK ਦਾ ਗੱਠਜੋੜ 177 ਦੇ ਕਰੀਬ ਸੀਟਾਂ ਜਿੱਤ ਸਕਦਾ। ਇਸ ਵੇਲੇ ਸਰਕਾਰ ਚਲਾ ਰਹੀ AIADMK ਤੇ ਉਹਦੀ ਸਹਿਯੋਗੀ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਦੇ ਵਿੱਚ ਸੀਟਾਂ ਤੇ ਵੋਟ ਸ਼ੇਅਰਿੰਗ ਦੇ ਵਿੱਚ ਵੱਡੀ ਗਿਰਾਵਟ ਆਊਗੀ। 16 ਦੇ ਵਿੱਚ ਇਸ ਗੱਠਬੰਧਨ ਨੇ 136 ਸੀਟਾਂ ਜਿੱਤੀਆਂ ਸੀ ਔਰ ਇਸ ਵਾਰੀ ਇਹ ਜਿਹੜਾ ਅੰਕੜਾ ਦੋਨਾਂ ਦਾ 50 ਤੋਂ ਹੇਠਾਂ ਰਹਿ ਸਕਦਾ, 50 ਤੋਂ ਥੱਲੇ ਥੱਲੇ ਜਿਹੜਾ ਵੀ ਉਹ ਰਹੂਗਾ। ਕਮਲ ਹਸਨ ਅਗਵਾਈ ਵਾਲੀ MNM ਤੇ TD ਦਿਨਾਕਰ ਦੀ AMMK ਨੂੰ 3 ਸੀਟਾਂ ਮਿਲ ਸਕੀਆਂ ਨੇ। ਰਾਜ ਦੇ ਵਿੱਚ DMK ਦੇ ਚੀਫ ਕੇ ਸਟਾਲਨ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਆ। ਸਟਾਲਨ ਨੂੰ 43 ਪਰ ਉੱਪਰ ਲੋਕ ਤੇ ਹੁਣ ਦੇ ਜਿਹੜੇ CM ਨੇ ਪਲਾਨੀ ਸਵਾਮੀ ਉਹਨੂੰ ਸਿਰਫ 29% ਦੇ ਕਰੀਬ ਲੋਕ ਪਸੰਦ ਕਰ ਰਹੇ ਆ। ਅਸਾਮ ਦੇ ਵਿੱਚ ਜਿਹੜਾ BJP ਸਰਕਾਰ ਵਾਲਾ ਅਸਾਮ, NDA ਤੇ UPA ਦੇ ਵਿੱਚ ਕਰੀਬੀ ਲੜਾਈ ਜਿਹੜੀ ਆ ਉਹ ਬਣੀ ਹੋਈ ਆ। ਓਪੀਨੀਅਨ ਪੋਲ 126 ਮੈਂਬਰਾਂ ਵਾਲੀ ਵਿਧਾਨ ਸਭਾ ਵਿੱਚ ਜਿਹੜੀ ਇਸ ਵੇਲੇ ਸੱਤਾ ਦੇ ਵਿੱਚ NDA ਆ ਉਹਨੂੰ 69 ਤੇ ਕਾਂਗਰਸ ਤੇ ਉਹਦੇ ਗੱਠਜੋੜ ਵਾਲੀ UPA ਨੂੰ 56 ਸੀਟਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ। ਇਸ ਸਾਲ ਕਾਂਗਰਸ ਜਿਹੜੀ ਆ ਬਦਰੂ ਅਜਮਲ ਦੇ AIUDF ਤੇ ਬੋਡੋ ਪੀਪਲਸ ਫਰੰਟ ਤੇ 3 ਖੱਬੀਆਂ ਪਾਰਟੀਆਂ ਦੇ ਨਾਲ ਗੱਠਜੋੜ ਕਰਕੇ ਚੋਣਾਂ ਲੜ ਰਹੀ ਆ। NDA ਦੇ ਵਿੱਚ ਭਾਜਪਾ ਦੇ ਨਾਲ ਅਸਮ ਗਣ ਪਰਿਸ਼ਦ ਸ਼ਾਮਲ ਹੈ। 16 ਦੇ ਵਿੱਚ NDA ਨੇ 86 ਸੀਟਾਂ ਜਿੱਤ ਕੇ ਰਾਜ ਦੇ ਵਿੱਚ ਸੱਤਾ ਹਾਸਲ, UPA ਸਿਰਫ 26 ਸੀਟਾਂ ਦੇ ਉੱਤੇ ਕਾਮਯਾਬ ਰਿਹਾ ਸੀਗਾ। ਹਾਲਾਂਕਿ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਰਾਜ ਦੇ ਅਹੁਦੇ ਦੇ ਵਾਸਤੇ ਪਹਿਲੀ ਪਸੰਦ ਅਜੇ ਵੀ ਬਣੇ ਹੋਏ ਆ। ਸਰਵੇ ਦੇ ਵਿੱਚ ਹਿੱਸਾ ਲੈਣ ਵਾਲੇ 86 ਲੋਕ ਉਹਨੂੰ ਬਿਹਤਰ ਉਮੀਦਵਾਰ ਦੱਸਦੇ। ਇਸ ਤੋਂ ਬਾਅਦ ਕਾਂਗਰਸ ਦੇ ਗੌਰਵ ਗੋਗੋਈ ਨੇ, ਇਹਨਾਂ ਨੂੰ 25% ਲੋਕ ਜਿਹੜੇ ਆ ਉਹ ਪਸੰਦ ਕਰ ਰਹੇ ਆ। ਮਤਲਬ ਇਹ ਕਿ ਅਸਾਮ ਦੇ ਵਿੱਚ ਲੜਾਈ ਅੱਜ ਦੇ ਵਿੱਚ ਨੈਕ ਟੂ ਨੈਕ ਜਿਹੜੀ ਆ ਉਹ ਚੱਲ ਰਹੀ ਆ। ਓਪੀਨੀਅਨ ਪੋਲ ਦੇ ਵਿੱਚ ਕੇਰਲਾ ਦੇ ਵਿੱਚ ਸੱਤਾਧਾਰੀ ਧਿਰ LDF ਦਾ ਸੱਤਾ ਦੇ ਵਿੱਚ ਬਣੇ ਰਹਿਣ ਦਾ ਜਿਹੜਾ ਓਪੀਨੀਅਨ ਪੋਲ ਹੈ
ਤਿੰਨਾਂ ਰਾਹੀਂ ਵਿਜਣ ਦੀ ਅਗਵਾਈ ਵਾਲੇ ਗੱਠਬੰਧਨ 140 ਮੈਂਬਰੀ ਵਿਧਾਨ ਸਭਾ ਦੇ ਵਿੱਚ 77 ਸੀਟਾਂ ਜਿੱਤ ਕੇ ਜਿੱਤ ਹਾਸਲ ਕਰੂਗਾ। 16 ਦੇ ਵਿੱਚ ਇਸ ਗੱਠਜੋੜ ਦੇ ਕੋਲੇ 91 ਸੀਟਾਂ ਘਟਣ ਦੇ ਬਾਵਜੂਦ ਵਿਜੇ ਸਰਕਾਰ ਨੂੰ ਬਹੁਮਤ ਜਿਹੜਾ ਉਹ ਮਿਲ ਜਾਣ ਦੀ ਸੰਭਾਵਨਾ ਹੈ। ਕਾਂਗਰਸੀ ਅਗਵਾਈ ਵਾਲੀ UDF 16 ਦੇ ਵਿੱਚ 47 ਸੀਟਾਂ ਤੋਂ ਵਧਾ ਕੇ ਇਸ ਵਾਰੀ ਉਹਨੂੰ 62 ਸੀਟਾਂ 62 ਦੇ ਕਰੀਬ ਜਿਹੜੀਆਂ ਨੇ ਉਹ ਮਿਲ ਸਕੇ। ਵਿਜਨ ਸਰਕਾਰ ਨੂੰ ਹਟਾਉਣ ਦੇ ਵਾਸਤੇ ਅਨਫ ਨਹੀਂ ਗੀਆਂ। ਬੀਜੇਪੀ ਨੂੰ ਇਸ ਚੋਣਾਂ ਦੇ ਵਿੱਚ ਕੋਈ ਫਾਇਦਾ ਹੋਣ ਇੱਥੋਂ ਕੇਰਲ ਤੋਂ ਉਮੀਦ ਨਹੀਂ ਗੀ। ਉਹਦੇ ਕੋਲੇ ਇੱਕੋ ਸੀਟ ਜਿੱਤਣ ਦੀ ਸੰਭਾਵਨਾ ਹੈ। 16 ਦੇ ਵਿੱਚ ਪਾਰਟੀ ਨੂੰ ਇੱਕੋ ਸੀਟ ਮਿਲੀ ਸੀ। ਸਰਵੇ ਦੇ ਵਿੱਚ 40% ਦੇ ਲੋਕ ਵਿਜਨ ਨੂੰ ਮੁੱਖ ਮੰਤਰੀ ਵੇਖਣਾ ਚਾਹੁੰਦੇ ਆ। ਦੂਜੇ ਨੰਬਰ ਦੇ ਉੱਤੇ ਕਾਂਗਰਸੀ ਨੇਤਾ ਤੇ ਸਾਬਕਾ CM ਓਮਨ ਚਾਂਡੀ ਨੇ, ਜਿਹਨਾਂ ਨੂੰ ਕੋਈ 26% ਦੇ ਕਰੀਬ ਲੋਕ ਜਿਹੜੇ ਆ ਉਹ ਪਸੰਦ ਕਰਦੇ ਆ। ਸਿਰਫ ਪੁਡੂਚੇਰੀ ਕਿਸ ਤਰ੍ਹਾਂ ਦਾ ਹੈ ਜਿੱਥੇ 30 ਮੈਂਬਰਾਂ ਵਾਲੀ ਸਦਨ ਦੇ ਵਿੱਚ 21 ਸੀਟਾਂ ਦੇ ਉੱਤੇ NDA ਸੱਤਾ ਹਾਸਲ ਕਰ ਸਕੀ ਦੁਬਾਰਾ। ਔਰ ਇੱਥੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਸਰਕਾਰ ਤੋੜੀ ਗਈ ਸੀ ਤੇ ਉਦੋਂ ਬਹੁਮਤ ਨਹੀਂ ਸੀ ਹਾਸਲ ਕਰ ਸਕੀ ਕਾਂਗਰਸ ਤੇ DMK ਦਾ ਗੱਠਜੋੜ ਚੋਣਾਂ ਦੇ ਵਿੱਚ 9 ਦੇ ਕਰੀਬ 9 ਜਾਂ 10 ਸੀਟਾਂ ਜਿੱਤ ਸਕਦਾ। AINRC ਦੇ N ਰੰਗਾ ਸਾਮੀ ਮੁੱਖ ਮੰਤਰੀ ਦੇ ਅਹੁਦੇ ਦੇ ਵਾਸਤੇ ਲੋਕਾਂ ਦੇ ਵਿੱਚ ਉਭਰੇ ਆ। 50% ਦੇ ਕਰੀਬ ਲੋਕਾਂ ਨੇ ਉਹਨਾਂ ਨੂੰ ਇਸ ਅਹੁਦੇ ਦੇ ਵਾਸਤੇ ਸਹੀ ਜਿਹੜਾ ਦੀ ਉਹ ਵਿਅਕਤੀ ਕਿਹਾ। ਪੁਡੂਚੇਰੀ ਦੇ ਵਿੱਚ ਰਾਸ਼ਟਰੀ ਸ਼ਾਸਨ ਜਿਹੜਾ ਉਹ ਲੱਗਿਆ ਹੋਇਆ। 27 ਮਾਰਚ ਤੋਂ 6 ਅਪ੍ਰੈਲ ਤੱਕ 3 ਫੇਸ ਦੇ ਵਿੱਚ ਪੱਛਮੀ ਬੰਗਾਲ, 27 ਮਾਰਚ ਤੇ 29 ਅਪ੍ਰੈਲ ਤੋਂ 8 ਫੇਸ ਦੇ ਵਿੱਚ ਵੋਟਾਂ ਜਿਹੜੀਆਂ ਉਹ ਪੈਣਗੀਆਂ। ਗਿਣਤੀ 2 ਮਈ ਨੂੰ ਜਿਹੜੀ ਆ ਉਹ ਹੋਊਗੀ। ਇਹ ਬਹੁਤ ਛੋਟਾ ਜਿਹਾ ਰਾਜ ਹੈ ਪੁਡੂਚੇਰੀ, ਜਿੱਥੇ ਭਾਰਤੀ ਜਨਤਾ ਪਾਰਟੀ ਨੂੰ ਉਮੀਦ ਜਿਹੜੀ ਆ ਉਹ ਦਿਸ ਰਹੀ ਹੈ ਕਿ ਉਹ ਸੱਤਾ ਦੇ ਵਿੱਚ ਵਾਪਸੀ ਕਰੂਗੀ। ਇੱਥੇ ਥੋੜੀ ਜਿਹੜੀ ਗੱਲ ਵੱਖਰੀ ਇਹ ਹੋ ਸਕਦੀ ਹੈ ਕਿ ਕੇਰਲਾ ਦੇ ਵਿੱਚ ਜਿਵੇਂ ਇਹ ਕਿਹਾ ਗਿਆ ਕਿ LDF ਜਿਹੜੀ ਉਹ ਵਾਪਸ ਆ ਰਹੀ ਹੈ। ਜੇ LDF ਵਾਪਸ ਤਾਂ LDF ਦੇ ਵੱਲੋਂ ਕੀਤਾ ਗਿਆ ਇੱਕ ਵੱਡਾ ਤਜਰਬਾ ਚਰਚਾ ਦਾ ਵਿਸ਼ਾ ਬਣੂਗਾ। LDF ਨੇ ਦੋ ਵਾਰੀ ਜਿਹੜੇ ਵਿਧਾਇਕ ਲਗਾਤਾਰ ਰਹੇ ਉਹਨਾਂ ਦੀਆਂ ਸਭ ਦੀਆਂ ਟਿਕਟਾਂ ਇਸ ਵਾਰੀ ਕੱਟ ਦਿੱਤੀ। ਉਹਨਾਂ ਨੂੰ ਲਾਂਭੇ ਕਰਕੇ ਨਵੀਂ ਜਨਰੇਸ਼ਨ ਦੇ ਵਾਸਤੇ ਰਾਹ ਖੋਲਿਆ। ਨਵੇਂ ਜਿਹੜੇ ਨੌਜਵਾਨ ਆਏ ਨੇ ਉਹਨਾਂ ਦੇ ਵਿੱਚ LLB MBBS PhD ਤੇ ਹੋਰ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ। ਕੇਰਲਾ ਦੀ LDF ਨੇ ਤਜਰਬਾ ਜਿਹੜਾ ਜਿਹਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਉਹ ਕੁਹਾੜੀ ਤੇ ਪੈਰ ਮਾਰ ਰਹੇ ਆ, ਪਰ ਓਪੀਨੀਅਨ ਪੋਲ ਇਹਦਾ ਉਹ ਦੁਬਾਰਾ ਸੱਚ ਫੇਰ ਆ ਰਹੇ ਆ। ਜੇ ਆਉਂਦੇ ਆ ਇਹ ਨਵਾਂ ਤਜਰਬਾ ਜਿਹੜਾ ਜੀ ਬਿਨਾਂ ਕਿਸੇ ਸ਼ੱਕ ਦੇ ਪੂਰੇ ਮੁਲਕ ਦੇ ਵਿੱਚ ਚਰਚਾ ਦਾ ਵਿਸ਼ੂਰ ਬਣੂਗਾ। ਜੀ ਜੀ ਬਿਲਕੁਲ, ਸਰਵੇਖਣਾਂ ਦੀ ਗੱਲ ਕੀਤੀ ਆ, ਸਰਵੇਖਣ ਤਾਂ ਹੀ ਠੀਕ ਹੋਣਗੇ ਜੇ ਮਸ਼ੀਨਾਂ ਦੇ ਨਾਲ ਛੇੜਛਾੜ ਨਾ ਹੋਊਗੀ। ਅੱਗੇ ਸਾਂਝੇ ਮੋਰਚੇ ਦੀ ਗੱਲ ਕਰੀਏ, ਉਸਦੇ ਆਗੂਆਂ ਨੇ ਐਲਾਨ ਕੀਤਾ ਕਿ ਜਿਨ੍ਹਾਂ ਲੋਕਾਂ ਨੇ ਇਲੈਕਸ਼ਨ ਦੇ ਵਿੱਚ ਹਿੱਸਾ ਲੈਣਾ ਉਹ ਮੋਰਚੇ ਤੋਂ ਲਾਂਭੇ ਹੋ ਜਾਣ। ਬਿਲਕੁਲ ਜੀ, ਐਕਚੁਲੀ ਕੱਲ ਇੱਥੇ ਸੰਯੁਕਤ ਕਿਸਾਨ ਮੋਰਚੇ ਜਿਹੜਾ ਸਰਹੰਦ ਦੇ ਵਿੱਚ ਸੀਗੀ, ਇੱਕ ਮਹਾ ਪੰਚਾਇਤ ਸੀਗੀ ਵੱਡੀ, ਔਰ ਇਹ ਭੜਕੇ ਭਾਰਤ ਬੰਦ ਹੈ। ਭਾਰਤ ਬੰਦ ਦੀਆਂ ਤਿਆਰੀਆਂ ਦੇ ਵਿੱਚ ਇਸ ਵੇਲੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤਕਰੀਬਨ ਪੂਰੇ ਮੁਲਕ ਦੇ ਵਿੱਚ ਮਹਾਂ ਪੰਚਾਇਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਰੱਖ ਰਹੇ ਆ। ਸਰਹੰਦ ਦੇ ਵਿੱਚ ਹੋਈ ਇਸ ਮਹਾਂ ਪੰਚਾਇਤ ਦੀ ਖਾਸੀਅਤ ਇਹ ਰਹੀ ਕਿ ਇਹਨੇ ਜਿਹੜੀਆਂ ਕਿਸਾਨ ਧਿਰਾਂ ਨੇ ਉਹਨਾਂ ਸਾਰੀਆਂ ਦੀ ਇੱਕਜੁੱਟਤਾ ਇੱਕ ਵਾਰੀ ਫੇਰ ਹੋ ਦਿਖਾਈ। ਇਹਦੇ ਸਰਹੰਦ ਮੰਡੀ ਦੇ ਵਿੱਚ ਕੀ ਇਸ ਮਹਾਂ ਜਿਹੜੀ ਪੰਚਾਇਤ ਉਹਦੇ ਵਿੱਚ ਬਲਬੀਰ ਸਿੰਘ ਰਾਜੇਵਾਲ, ਰੋਲਦਾ ਸਿੰਘ, ਡਾਕਟਰ ਦਰਸ਼ਨਪਾਲ ਤੇ ਬਾਕੀ ਆਗੂ ਜਿਹੜੇ ਜੀ ਉਹ ਸਾਰੇ ਹਾਜ਼ਰ ਸੀਗੇ। ਇਹ ਐਲਾਨ ਕੀਤਾ ਗਿਆ ਇੱਥੋਂ ਕਿ ਪੰਜਾਬੀ ਜਿਹੜੇ ਨੇ ਨਾ ਉਹ ਧੱਕਾ ਕਿਸੇ ਨਾਲ ਕਰਦੇ ਆ ਨਾ ਉਹ ਕਹਿੰਦੇ ਆ। ਇਹ ਵੀ ਕਿਹਾ ਗਿਆ ਕਿ ਮੋਦੀ ਸਰਕਾਰ ਖੇਤੀ ਕਾਨੂੰਨਾਂ ਤੇ ਲੀਕ ਮਾਰਨ ਦੀ ਥਾਂ ਕਿਸਾਨ ਅੰਦੋਲਨ ਨੂੰ ਤਾਰ ਪੀਡੋ ਕਰਨ ਦੀਆਂ ਵਿਉਂਤਾਂ ਘੜ ਰਹੀ ਆ ਜਿਹੜੀਆਂ ਕਿ ਫੇਲ ਹੋਈਆਂ। ਆਗੂਆਂ ਨੇ ਇਹ ਗੱਲ ਕਹੀ ਕਿ ਕਿਸਾਨ ਕੇਂਦਰ ਸਰਕਾਰ ਦੀਆਂ ਨੇ ਘੁਰਕੀਆਂ ਤੋਂ ਡਰਨ ਵਾਲੇ ਨਹੀਂ। ਉਹਨਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਆਪਣੀ ਹਉਮੈ ਤੇ ਅੜੀ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨੇ। ਇਹ ਵੀ ਕਿਹਾ ਕਿਸਾਨਾਂ ਦਾ ਇੱਕੋ ਇੱਕ ਟੀਚਾ ਹੈ ਕਿ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕਰਾਉਣੇ, ਇਹੀ ਅੰਦੋਲਨ ਦਾ ਅਸਲ ਟੀਚਾ ਹੈ। ਡਾਕਟਰ ਦਰਸ਼ਨਪਾਲ ਹੋਰਾਂ ਨੇ ਇਸ ਜਿਹੜੀ ਮਹਾਂਪੰਚਾਇਤ ਸੀ ਉਹਨੂੰ ਸੰਬੋਧਨ ਕਰਦਿਆਂ ਹੋਇਆ ਇਹ ਗੱਲ ਬੜੀ ਜਿਹੜੀ ਜੀ ਸਪਸ਼ਟ ਲਫ਼ਜ਼ਾਂ ਦੇ ਵਿੱਚ ਉਭਾਰੀ ਕਿ ਜੇ ਕਿਸੇ ਦੇ ਮਨ ਦੇ ਵਿੱਚ ਇਹ ਲੁਕਿਆ ਹੋਇਆ ਕਿ ਚੋਣ ਲੜਨੀ ਹੈ ਉਹ ਇਸ ਕਿਸਾਨ ਮੋਰਚੇ ਤੋਂ ਲਾਂਭੇ ਜਿਹੜਾ ਉਹ ਹੋ ਜਾਣ। ਇੱਕ ਬਹੁਤ ਵੱਡਾ ਇਕੱਠ ਇਹ ਸੀਗਾ ਜਿਹਦੇ ਵਿੱਚ ਬੀਬੀਆਂ, ਬਜ਼ੁਰਗ, ਨੌਜਵਾਨ ਤੇ ਬੱਚੇ ਉਹਨਾਂ ਦਾ ਵੱਡਾ ਇਕੱਠ ਸੀ। ਉਹਨੂੰ ਸੰਬੋਧਨ ਕਰਦਿਆਂ ਹੋਇਆ ਡਾਕਟਰ ਦਰਸ਼ਨਪਾਲ ਹੋਰਾਂ ਨੇ ਇਹ ਗੱਲ ਜਿਹੜੀ ਕਲੀਅਰ ਕੀਤੀ। ਅਸਲ ਦੇ ਵਿੱਚ ਇਹ ਗੱਲ ਤੁਰੀ ਕਿੱਥੋਂ ਕਿ ਬੰਗੇ ਦੇ ਵਿੱਚ ਜਿਹੜੀ ਹੋਈ ਮਹਾਂ ਪੰਚਾਇਤ, ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ ਹੋਰਾਂ ਦੇ ਸ਼ਹੀਦੀ ਦਿਨ ਦੇ ਉੱਤੇ
ਉੱਥੇ ਬੋਲਦਿਆਂ ਵੀ ਕਲਾਕਾਰ ਜਿਹੜਾ ਯੋਗਰਾਜ ਸਿੰਘ ਆ ਉਹਨੇ ਇਹ ਗੱਲ ਕਹਿਤੀ ਕਿ ਕਿਸਾਨ ਜਥੇਬੰਦੀਆਂ 117 ਬੰਦੇ ਚੁਣ ਲੈਣ, 117 ਹਲਕਿਆਂ ਦੇ ਵਿੱਚ ਖੜੇ ਕਰਕੇ ਸਰਕਾਰ ਆਪਣੀ ਜਿਹੜੀ ਉਹ ਬਣਾਉਣ। ਇਹਦੇ ਨਾਲ ਵੀ ਉਹ ਘੁਸਮਸੁਰ ਸ਼ੁਰੂ ਹੋ ਗਈ। ਉਹਨੂੰ ਕਲੀਅਰ ਕਰਦਿਆਂ ਹੋਇਆ ਡਾਕਟਰ ਦਰਸ਼ਨਪਾਲ ਹੋਰਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਨਾ ਚੋਣ ਲੜਨੀ ਆ, ਨਾ ਸਿਆਸੀ ਪਾਰਟੀ ਬਣਾਉਣੀ ਉਹਨਾਂ ਦੇ ਕਿਸੇ ਵੀ ਏਜੰਡੇ ਦੇ ਉੱਤੇ। ਇਹ ਕਿਹਾ ਕਿ ਜੇ ਕਿਸੇ ਨੇ ਚੋਣ ਲੜਨੀ ਆ ਉਹਦੇ ਕੋਲੇ ਖੁੱਲੀ ਉੱਟੀ ਆ, ਪਰ ਉਹ ਕਿਸਾਨ ਅੰਦੋਲਨ ਤੋਂ ਤੇ ਇਸ ਕਿਸਾਨ ਮੋਰਚੇ ਤੋਂ ਆਪਣੇ ਆਪ ਨੂੰ ਲਾਂਭੇ ਕਰ ਲਵੇ, ਕਿਉਂਕਿ ਇਹਦੇ ਵਿੱਚ ਰਹਿ ਕੇ ਉਹ ਚੋਣ ਲੜੂਗਾ ਤੇ ਉਹ ਠੀਕ ਜਿਹੜਾ ਉਹ ਨਹੀਂ ਹੋਊਗਾ। ਇਹ ਇਸ ਇਹਨੂੰ ਜਿਹੜਾ ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਵੀ ਸੰਬੋਧਨ ਕੀਤਾ। ਇਹ ਕਿਹਾ ਕਿ ਕਾਰਪੋਰੇਟਾਂ ਦੇ ਨਾਲ ਮਿਲ ਕੇ ਕੇਂਦਰ ਦੀ ਸਰਕਾਰ ਆਮ ਜਨਤਾ ਦੇ ਹੱਕਾਂ ਦੇ ਉੱਤੇ ਡਾਕਾ ਜਿਹੜਾ ਉਹ ਮਾਰ ਰਹੀ ਹੈ, ਜੇ ਕੋਈ ਮੰਗਣ ਤੇ ਹੱਕ ਨਾ ਦੇਵੇ ਤੇ ਹੱਕ ਖੋਣੇ ਵੀ ਉਹ ਪੈਂਦੇ ਆ। ਇਹ ਵੀ ਉਹਨਾਂ ਨੇ ਸਵਾਲ ਕੀਤਾ ਕਿ ਕਿਸਾਨ ਸੰਘਰਸ਼ ਦੇ ਦੌਰਾਨ ਇੰਨੇ ਕਿਸਾਨ ਸ਼ਹੀਦ ਹੋਣ ਦੇ ਉੱਤੇ ਵੀ ਸਰਕਾਰ ਉਹ ਚੁੱਪ ਹੈ ਤੇ ਇਹਦਾ ਖਮਿਆਜ਼ਾ ਮੋਦੀ ਸਰਕਾਰ ਨੂੰ, ਮੋਦੀ ਹਕੂਮਤ ਨੂੰ ਭੁਗਤਣਾ ਪਊਗਾ। ਤੋ ਇਹ ਜਿਹੜੀਆਂ ਮਹਾਂਪੰਚਾਇਤਾਂ ਨੇ ਲੋਕਾਂ ਨੂੰ ਜਿੱਥੇ ਜਾਗਰੂਕ ਕਰ ਰਹੀਆਂ ਨੇ ਕਿ ਕੱਲ੍ਹ ਨੂੰ ਜਿਹੜਾ ਭਾਰਤ ਬੰਦ ਹੈ ਉਹ ਬਹੁਤ ਵੱਡਾ ਬੰਦ ਹੋਣ ਦੀ ਸੰਭਾਵਨਾ ਹੈ। ਇਹਦੇ ਵਿੱਚ ਟ੍ਰੇਡ ਯੂਨੀਅਨਾਂ ਜਿਹੜੀਆਂ ਉਹ ਵੀ ਪਾਰਟੀਸਪੇਟ ਕਰਨਗੀਆਂ, ਔਰ ਵੱਖ ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਲਗਾਤਾਰ ਆਪਣੀ ਹਮਾਇਤ ਇਸ ਭੜਕ ਦੇ ਬੰਦ ਨੂੰ ਦੇ ਰਹੀਆਂ। ਬਿਲਕੁਲ, ਬੰਦ ਸੰਪੂਰਨ ਬੰਦ ਹੀ ਹੋਣਾ ਚਾਹੀਦਾ। ਤੇ ਅੱਗੇ ਗੱਲ ਕਰਦੇ ਹਾਂ FCI ਦੀ, ਉਸ ਦੇ ਸਿੱਧੇ ਅਦਾਇਗੀ ਦੇ ਖਿਲਾਫ ਖੜੀ ਹੋਈ ਪੰਜਾਬ ਸਰਕਾਰ, ਉਹ ਵੀ 1 ਸਾਲ ਲਈ। ਦੇਖੋ ਇਹ ਮਾਮਲਾ ਜਿਹੜਾ ਇਹ ਬੜਾ ਪੇਚੀਦਾ ਹੈ, ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੋਊਗਾ ਕਿ ਉਹਦੇ ਨਾਲ ਕੀ ਫਰਕ ਪੈਂਦਾ, ਪੈਸੇ ਅਕਾਊਂਟਾਂ 'ਚ ਆ ਜਾਣਗੇ, ਖਾਤਿਆਂ 'ਚ ਆ ਜਾਣਗੇ। ਇੱਥੇ ਇਹ ਗੱਲ ਨਹੀਂ ਚਾਹੀਦੀ ਕਿ ਬਹੁਤ ਸਾਰੀਆਂ ਜ਼ਮੀਨਾਂ ਅਜੇ ਵੀ ਇਸ ਤਰ੍ਹਾਂ ਦੀਆਂ ਹੈਗੀਆਂ ਜਿਹੜੀਆਂ ਜ਼ਮੀਨਾਂ ਦਾਦਿਆਂ ਦੇ ਨਾਂ ਦੇ ਉੱਤੇ ਬੋਲਦੀਆਂ, ਬਾਪੂਆਂ ਦੇ ਨਾਵਾਂ 'ਤੇ ਬੋਲਦੀਆਂ ਨੇ, ਉਹ ਦੁਨੀਆਂ ਤੁਰ ਗਏ। ਗਾਂ ਨਿਆਣਿਆਂ ਦੀ ਜਿਹੜਾ ਸੀਗੀ ਜ਼ਬਾਨੀ ਵੰਡ ਤਾਂ ਕਰ ਲਈ ਕੁਛ ਥਾਵਾਂ ਦੇ ਉੱਤੇ, ਕਈਆਂ ਥਾਵਾਂ ਦੇ ਉੱਤੇ ਮਸ਼ਤਰਕੇ ਖਾਤੇ ਨੇ, ਸਾਂਝਾ ਖਾਤਾ ਕਹਿੰਦੇ ਆ ਉਹਨਾਂ ਦੇ। ਫਿਰ ਜਿਹੜਾ ਜਦੋਂ ਵੰਡ ਹੀ ਨਹੀਂ ਹੋਈ, ਨੰਬਰ ਵੰਡ ਜੀ ਕਹਿੰਦੇ ਆ, ਜੇ ਉਹ ਨੰਬਰ ਵੰਡ ਨਹੀਂ ਹੋਈ ਤੇ ਉਹਦਾ ਫਿਰ ਇੰਤਕਾਲ ਨਹੀਂ ਅੱਗੇ ਜਿਹੜੇ ਉਹ ਚੜੇ ਹੋਏ। ਜੇ ਇੰਤਕਾਲ ਨਹੀਂ ਚੜੇ ਹੋਏ, ਬੰਦਾ ਦੁਨੀਆਂ ਦੇ ਵਿੱਚ ਨਹੀਂ ਹੈ, ਤੇ ਤੁਸੀਂ ਉਹਦੀ ਜ਼ਮੀਨ ਦੇ ਕਾਗਜ਼ ਅਪਲੋਡ ਕਿਵੇਂ ਕਰੋਗੇ, ਉਹਦੀਆਂ ਫਰਜ਼ਾਂ ਤੁਸੀਂ ਅਪਲੋਡ ਕਿਵੇਂ ਕਰੋਗੇ। ਉਹਨਾਂ ਦੇ ਬਹੁਤ ਸਾਰੇ ਇਹਨਾਂ ਦੇ ਹੋਣਗੇ ਜਿਹਨਾਂ ਦੇ ਖਾਤੇ ਆ ਨਹੀਂ। ਹੁਣ ਜਿਹੜਾ ਬੰਦਾ ਦੁਨੀਆਂ 'ਚ ਨਹੀਂ ਹੈਗਾ, ਉਹਦਾ ਖਾਤਾ ਜੇ ਹੋਊਗਾ ਵੀ ਬੈਂਕ ਦਾ ਤੇ ਉਹ ਬੰਦ ਕਰਾਤਾ ਹੋਊ ਨਿਆਣਿਆਂ ਨੇ। ਕਿਸੇ ਦੁਨੀਆਂ ਤੋਂ ਤੁਰ ਗਏ ਬੰਦੇ ਦਾ ਖਾਤਾ ਨਵਾਂ ਥੋੜੀ ਖੋਲਿਆ ਜਾ ਸਕਦਾ। ਜੇ ਵੀ ਇਹ ਵੰਡ ਨੰਬਰ ਵੰਡ ਜਿਹੜੀ ਕਰਾਉਣੀ ਹੋਵੇ, ਇਹ ਕੋਈ ਖਾਲਾ ਜੀ ਦਾ ਵਾੜਾ ਨੀਗਾ ਕਿ ਅੱਜ ਬੰਦਾ ਆਇਆ ਤੇ ਪੱਕੇ ਨੰਬਰ ਵੰਡ ਹੋ ਜੂਗੀ। SDM ਹੋ ਗਿਆ, ਤਹਿਸੀਲਦਾਰ ਹੋ ਗਿਆ, ਉਹ ਚੱਕਰਾਂ ਦੇ ਵਿੱਚ ਲੋਕਾਂ ਨੂੰ ਪਾਉਂਦੇ ਆ, ਜਿਹੜਾ ਰੇ ਰੱਬ ਦਾ ਨਾਂ, ਲੋਕ ਕੰਨਾਂ ਨੂੰ ਹੱਥ ਲਾਉਂਦੇ ਆ ਕਿ ਇਹਨਾਂ ਦੇ ਚੱਕਰਾਂ ਦੇ ਵਿੱਚ ਨਾ ਕਿਤੇ ਮੁੜ ਕੇ ਪੈਣਾ ਪੈ ਜੇ। ਉਹਨਾਂ ਦੇ ਖਾਤੇ ਜਿਹੜੇ ਆ ਜੀ ਉਹ ਕਿਵੇਂ ਚੜਨਗੇ? ਜੇ ਖਾਤੇ ਨਹੀਂ ਉਹਨਾਂ ਦੇ ਚੜਨਗੇ, ਉਹਨਾਂ ਦੀਆਂ ਜ਼ਮੀਨਾਂ ਨਹੀਂ ਚੜਨਗੀਆਂ, ਤੇ ਉਹਨਾਂ ਦੇ ਪੈਸੇ ਜਿਹੜੇ ਆ ਫਿਰ ਉਹ ਕੀ ਨਹੀਂ ਆਉਣਗੇ ਜਿਹੜੇ ਕਣਕ ਦੇ? ਕੇਂਦਰ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਪਰੇਸ਼ਾਨ ਕਰਨਾ ਚਾਹੁੰਦੀ। ਇਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ NRI ਨੇ, ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਜ਼ਮੀਨਾਂ ਉਹਨਾਂ ਨੇ ਆਪਣੀਆਂ ਹਿੱਸੇ ਠੇਕੇ ਤੇ ਦਿੱਤੀਆਂ ਹੋਈਆਂ ਨੇ, ਉਹ ਇੱਕਦਮ ਜਿਹੜੀਆਂ ਆਪਣੀ ਜ਼ਮੀਨਾਂ ਦੇ ਫਰਦਾਂ ਦਾ ਕਾਗਜ਼ ਜਿਹੜੇ ਆ ਉਹ ਅਪਲੋਡ ਕਰਦੇ ਵਿੱਚ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣਗੇ। ਜਦੋਂ ਕਿ ਜਿਹੜਾ ਚੱਲ ਰਿਹਾ ਢਾਂਚਾ, ਚੱਲ ਰਿਹਾ ਸਿਸਟਮ ਜਿਹਦੇ ਵਿੱਚ ਆੜ੍ਹਤੀ, ਉਹ ਇੱਕ ਸਫਲ, ਤੁਸੀਂ ਇੱਕ ਸਫਲ ਨੂੰ ਢਾ ਕੇ ਉਹਦੀ ਜਗ੍ਹਾ ਦੇ ਉੱਤੇ ਇੱਕ ਕਨਫਿਊਜ਼ਨ ਜਿਹੜਾ ਜੀ ਉਹ ਕ੍ਰੀਏਟ ਕਰਨ ਵਾਲਾ ਢਾਂਚਾ ਕਿਵੇਂ ਲਿਆ ਰਹੇ। ਹੁਣ ਜਿਹੜੀ ਸਰਕਾਰ ਹੈ ਬੜੀ ਦੇਰ ਬਾਅਦ ਉੱਠੀ, ਬੋਲਣਾ ਤਾਂ ਪਹਿਲਾਂ ਚਾਹੀਦਾ ਸੀਗਾ ਡਾਇਰੈਕਟ ਡਿਪੋਜ਼ਿਟ ਵਾਲੇ ਮਾਮਲੇ ਦੇ ਉੱਤੇ। ਹੁਣ ਮੁੱਖ ਮੰਤਰੀ ਹੋਰਾਂ ਨੇ ਚਿੱਠੀ ਇੱਕ ਜਿਹੜੀ ਆ ਉਹ ਲਿਖੀ ਹੈ, ਚਿੱਠੀ ਉਦੋਂ ਲਿਖੀ ਆ ਜਦੋਂ ਕਣਕ ਦੀ ਜਿਹੜੀ ਆ ਉਹ ਸਟਾਰਟ ਹੋਣ 'ਚ ਥੋੜੇ ਦਿਨ ਰਹਿ ਗਏ ਆ। ਇਹ ਕਿਹਾ ਕਿ ਇਸ ਮਸਲੇ ਦਾ ਹੱਲ ਕੀਤਾ ਜਾਵੇ, ਪ੍ਰਧਾਨ ਮੰਤਰੀ ਕੋਲੋਂ ਮੀਟਿੰਗ ਦਾ ਸਾਹ ਮੰਗਿਆ। ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਇਸ ਮਾਮਲੇ ਦੇ ਵਿੱਚ ਨਿੱਜੀ ਦਖਲ ਦੇਣ ਤੇ ਭਾਰਤ ਸਰਕਾਰ ਦੇ ਖੁਰਾਕ ਖਪਤਕਾਰ ਮਾਮਲੇ ਦੇ ਜਨਤਕ ਵੰਡ ਮੰਤਰਾਲੇ ਨੂੰ ਲੋੜੀਂਦਾ ਦਿਸ਼ਾ ਨਿਰਦੇਸ਼ ਜਾਰੀ ਕਰਕੇ ਇਸ ਨੂੰ ਘੱਟੋ ਘੱਟ 1 ਸਾਲ ਲਈ ਕੀਤਾ ਜਾਵੇ। ਸਵਾਲ ਇਹ ਹੈ ਕਿ 1 ਸਾਲ ਲਈ ਮੁਲਤਵੀ ਕਰਕੇ ਕੀ ਇਹਦਾ ਹੱਲ ਨਿਕਲਾਊਗਾ? ਹੱਲ ਇਹਦਾ ਨਹੀਂ। ਗੱਲ ਫਿਰ ਉਹੀ ਹੈ, ਜਿਹੜਾ ਢਾਂਚਾ ਚੱਲ ਰਿਹਾ ਉਸ ਢਾਂਚੇ ਦੇ ਵਿੱਚ ਤੁਹਾਨੂੰ ਲੱਗਦਾ ਕੋਈ ਕਮੀ ਪੇਸ਼ੀ ਆ, ਉਹ ਕਮੀ ਪੇਸ਼ੀ ਨੂੰ ਤੁਸੀਂ ਦੂਰ ਕਰ ਲਓ। ਤੁਸੀਂ ਇਹੀ ਕਹੋ ਕਿ ਮੈਂ ਢਾਂਚਾ ਹੀ ਤਬਾਹ ਜਿਹੜਾ ਉਹ ਕਰ ਦੇਣਾ, ਇਹ ਕਿਵੇਂ ਜਿਹੜਾ ਉਹ ਹੋਊਗਾ? ਇਹ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਉਹ ਕਿਸਾਨਾਂ ਦੇ ਵਾਸਤੇ ਖੜੀਆਂ ਹੋਣ ਜਾ ਰਹੀਆਂ ਨੇ ਜੇ ਇਹ ਸਰਕਾਰ ਕੇਂਦਰ ਦੀ ਜਿਹੜੀ ਉਹ ਵਾਪਸ ਨਹੀਂ ਲੈਂਦੀ ਨੂੰ ਸਿੱਧੀ ਅਦਾਇਗੀ ਵਾਲੇ ਮਸਲੇ ਨੂੰ। ਇਹ ਆਮ ਬੰਦੇ ਨੂੰ ਪਤਾ ਹੀ ਨਹੀਂ ਜਿਹੜਾ ਜੀ ਉਹ ਲੱਗਣਾ। ਇਹਦੇ 'ਚ ਹੋਣਾ ਇੱਕ ਜਿਹੜੀ ਹੋਰ ਚੀਜ਼, ਲਿਮਿਟਾਂ ਚੁੱਕੀਆਂ ਨੇ ਲੋਕਾਂ ਨੇ। ਜਦੋਂ ਬੈਂਕ ਦੇ ਵਿੱਚ ਤੁਹਾਡੇ ਪੈਸੇ ਆਏ,
ਜਿੱਥੋਂ ਤੁਸੀਂ ਲਿਮਟਾਂ ਲਈਆਂ ਨੇ ਉਹ ਨਾਲ ਅਟੈਚ ਹੈ, ਉਹਨਾਂ ਨੇ ਆਪਣੇ ਪੈਸੇ ਜਿਹੜੇ ਆ ਉਹ ਨਾਲ ਦੀ ਨਾਲ ਤੁਹਾਡੇ ਖਾਤਿਆਂ ਚੋਂ ਕੱਢ ਲੈਣੇ ਆ ਤੇ ਮੁੜ ਕੇ ਲੈਣਗੇ, ਬਚ ਬੁਚ ਕੇ ਤੁਹਾਡੇ ਕੋਲੇ ਆਹ ਜਿਹੜਾ ਬਚਦਾ ਹੈ ਪੈਸੇ ਕਢਾ ਲਓ, ਬਾਕੀ ਤਾਂ ਲਿਮਟਾਂ ਵਾਲੇ ਜਿਹੜੇ ਜੀ ਉਹ ਲੈਣੇ। ਜੀ ਜੀ ਅੱਗੇ ਗੱਲ ਕਰਦੇ ਆ ਦਿੱਲੀ ਸਰਕਾਰ ਦੀਆਂ ਪਾਵਨਾ ਜਿਹੜਾ ਉਹ ਖੋਣ ਵਾਲਾ ਬਿੱਲ ਸੀਗਾ ਉਹ ਰਾਜ ਸਭਾ ਦੇ ਵਿੱਚ ਵੀ ਪਾਸ ਹੋ ਗਿਆ। ਬਿਲਕੁਲ ਜੀ, ਐਕਚੁਅਲੀ ਇਹ ਦੇਖੋ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਕਿਵੇਂ ਹਰ ਪਾਸੇ ਉਹ ਧੱਕਾ ਜਿਹੜਾ ਜੀ ਉਹ ਕਰ ਰਹੀ ਹੈ, ਵੀ ਜਿੱਥੇ ਉਹਨੂੰ ਲੱਗਦਾ ਕਿ ਸੱਤਾ ਨਹੀਂ ਆਉਣੀ ਫਿਰ ਉਹ ਸੱਤਾ ਖੋ ਰਹੀ ਹੈ, ਚਾਹੇ ਉਹ ਮੱਧ ਪ੍ਰਦੇਸ਼ ਦੇ ਵਿੱਚ। ਹੁਣ ਮੱਧ ਪ੍ਰਦੇਸ਼ ਦੇ ਲੋਕਾਂ ਨੇ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਸੀ, ਐਂਟੀ ਇਨਕੰਬੈਂਸੀ ਦੇ ਕਰਕੇ ਉੱਥੇ ਲੋਕਾਂ ਨੇ ਵੋਟਾਂ ਕਾਂਗਰਸ ਨੂੰ ਪਾਈਆਂ ਸੀ, ਉੱਥੇ ਜਿਹੜੇ ਤਰੀਕੇ ਦੇ ਨਾਲ ਖਰੀਦੇ ਗਏ ਤੋੜੇ ਗਏ ਉਹ ਸਭ ਨੂੰ ਪਤਾ ਕਿ ਉੱਥੇ ਫਿਰ ਕਿਵੇਂ ਜਿਹੜੀ ਸੀ ਸਰਕਾਰ ਬਣਾਈ। ਰਾਜਸਥਾਨ 'ਚ ਪੂਰੀ ਕੋਸ਼ਿਸ਼ ਕੀਤੀ, ਮਹਾਰਾਸ਼ਟਰ ਦੇ ਵਿੱਚ ਕੋਸ਼ਿਸ਼ ਪੂਰੀ ਜਾਰੀ ਹੈ ਕਿ ਉੱਥੇ ਕਿਸੇ ਤਰੀਕੇ ਨਾਲ ਰਾਸ਼ਟਰਪਤੀ ਰਾਜ ਜਿਹੜਾ ਉਹ ਲਾ ਦਿੱਤਾ ਜਾਵੇ, ਵੀ ਸਾਡੀ ਉੱਥੇ ਸਰਕਾਰ ਹੈ ਨਹੀਂ। ਸ਼ਾਇਦ ਇਹ ਸਾਰਾ ਕੁਛ ਆਉਣ ਵਾਲੇ ਸਮੇਂ ਦੇ ਦੌਰਾਨ ਪੰਜਾਬ ਵੱਲ ਨੂੰ ਜਿਹੜਾ ਉਹ ਹੋਣਾ, ਇਹਦੀ ਤਿਆਰੀ ਕਰਨੀ ਚਾਹੀਦੀ ਹੈ। ਜਦੋਂ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਲਾਹੀ ਗਈ, ਜੰਮੂ ਕਸ਼ਮੀਰ ਨੂੰ ਰਾਜ ਵਜੋਂ ਤੋੜ ਦਿੱਤਾ ਗਿਆ, ਤਾਂ ਉਸ ਵੇਲੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਇਹਦਾ ਸਵਾਗਤ ਕੀਤਾ। ਉਦੋਂ ਨਹੀਂ ਸੀ ਪਤਾ ਕਿ ਇਹ ਕਹਾਣੀ ਇਹਨਾਂ ਵੱਲ ਨੂੰ ਆ ਜਾਣੀ ਹੈ। ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਹੋਰੀ ਨਹੀਂ ਬੋਲੇ ਇਸ ਮਸਲੇ, ਜਦੋਂ ਕਿ ਗੈਰ ਭਾਜਪਾਈਆਂ ਨੂੰ ਬੋਲਣਾ ਚਾਹੀਦਾ ਸਭ ਨੂੰ ਇਹਦੇ ਉੱਤੇ, ਨਹੀਂ ਤਾਂ ਹੌਲੀ ਹੌਲੀ ਕਰਦੇ ਆ ਕੇਂਦਰ ਜਿਹੜੀ ਦੀ ਉਹ ਰਾਜਾਂ ਨੂੰ ਨਿਕਲ ਜੂ। ਦਿੱਲੀ ਦੇ ਵਿੱਚ ਸਰਕਾਰ ਜਿਹੜੀ ਆ ਉਹ ਐਲ ਜੀ ਹੋਊਗਾ ਤਕਰੀਬਨ, ਲੈਫਟੀਨੈਂਟ ਗਵਰਨਰ ਜਿਹੜਾ ਉਪ ਰਾਜਪਾਲ, ਜਿਹਨੂੰ ਲੋਕ ਨਹੀਂ ਚੁਣਨਗੇ। ਕੇਂਦਰ ਦੇ ਵਿੱਚ ਬੈਠੀ ਸਰਕਾਰ ਆਪਣੇ ਮਨਪਸੰਦ ਬੰਦੇ ਨੂੰ ਲਾਊਗੀ। ਇਹ ਜਿਹੜੇ ਬਿੱਲ ਜਿਹੜਾ ਲੋਕ ਸਭਾ ਦੇ ਵਿੱਚ ਪਹਿਲਾਂ ਪਾਸ ਹੋਇਆ ਸੀ, ਰਾਜ ਸਭਾ ਦੇ ਵਿੱਚ ਪੇਸ਼ ਹੋਇਆ, ਰਾਜ ਸਭਾ ਦੇ ਵਿੱਚ ਵੀ ਇਹ ਪਾਸ ਹੋ ਗਿਆ, ਪਾਸ ਹੋ ਜਾਣਾ ਸੀਗਾ। ਉਹਦਾ ਕਾਰਨ ਇਹ ਹੈ ਕਿ ਪੰਜ ਰਾਜਾਂ ਦੇ ਵਿੱਚ ਹੋ ਰਹੀਆਂ ਜਿਹੜੀਆਂ ਚੋਣਾਂ ਨੇ, ਜਿਹੜੇ ਰਾਜ ਸਭਾ ਦੇ ਬਹੁਤੇ ਮੈਂਬਰ ਨੇ ਵੱਖੋ ਵੱਖਰੀਆਂ ਵਿਰੋਧੀ ਧਿਰਾਂ ਦੇ, ਉਹ ਉੱਥੇ ਰਾਜਾਂ ਦੇ ਵਿੱਚ ਰੁੱਝੇ ਹੋਏ, ਉੱਥੇ ਰਾਜਾਂ ਦੇ ਵਿੱਚ ਰੁੱਝੇ ਹੋਣ ਕਰਕੇ ਇਹ ਬਿੱਲ ਲਿਆਂਦਾ ਹੀ ਉਸ ਵੇਲੇ ਗਿਆ ਜਦੋਂ ਇਹ ਪਤਾ ਸੀਗਾ ਕਿ ਰਾਜ ਸਭਾ ਦੇ ਵਿੱਚ ਇਹਨੇ ਅਟਕਣਾ ਨਹੀਂ। ਦਿੱਲੀ ਕੌਮੀ ਰਾਜਧਾਨੀ ਖੇਤਰ ਸਰਕਾਰ ਸੋਧ ਬਿੱਲ ਜਿਹੜਾ ਉਹ ਰਾਜ ਸਭਾ ਦੇ ਵਿੱਚ ਵੀ ਪਾਸ ਹੋ ਗਿਆ, ਹੰਗਾਮਾ ਤਾਂ ਹੋਇਆ ਕਾਫੀ, ਵਿਰੋਧੀ ਧਿਰਾਂ ਦੇ ਵੱਲੋਂ ਰੌਲਾ ਰੱਪਾ ਪਾਇਆ ਗਿਆ। ਬੀਜੇਡੀ, ਸਮਾਜਵਾਦੀ ਪਾਰਟੀ, ਕਾਂਗਰਸ ਤੇ ਬਾਕੀ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਜਿਹੜੇ ਸੀ ਉਹਨਾਂ ਨੇ ਸਦਨ ਚੋਂ ਵਾਕਆਊਟ ਕੀਤਾ ਔਰ ਇਹ ਬਿੱਲ ਦਾ ਵਿਰੋਧ ਕੀਤਾ। ਇਹ ਕਿਹਾ ਕਿ ਇਹ ਸਪਸ਼ਟ ਹੈ ਕਿ ਦਿੱਲੀ ਦੇ ਵਿੱਚ ਸਰਕਾਰ ਦਾ ਮਤਲਬ ਉਪ ਰਾਜਪਾਲ ਹੈ। ਇਹ ਕਿਹਾ ਗਿਆ ਕਿ 22 ਮਾਰਚ ਨੂੰ ਲੋਕ ਸਭਾ ਦੇ ਵੱਲੋਂ ਪਾਸ ਕੀਤਾ ਗਿਆ ਸੀਗਾ ਔਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਕਿਹਾ ਕਿ ਅੱਜ ਦਾ ਦਿਨ ਜਿਹੜਾ ਜਮਹੂਰੀਅਤ ਲਈ ਨਿਰਾਸ਼ਾ ਭਰਿਆ ਦਿਨ ਹੈ, ਜ਼ਬਾਨੀ ਵੋਟਾਂ ਰਾਹੀਂ ਇਹਨੂੰ ਰਾਜ ਸਭਾ ਦੇ ਵਿੱਚ ਵੀ ਪਾਸ ਕਰ ਦਿੱਤਾ ਗਿਆ। ਵਿਰੋਧੀ ਧਿਰ ਨੇ ਵੋਟਿੰਗ ਕਰਾਉਣ ਦੀ ਜਿਹੜੀ ਜੀ ਉਹ ਮੰਗ ਕੀਤੀ, ਤਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਜਿਹੜੀ ਵਿਰੋਧੀ ਧਿਰਾਂ ਦੇ ਰਾਜ ਸਭਾ ਦੇ ਮੈਂਬਰ ਨੇ ਉਹ ਹੈ ਨਹੀਂ ਇੱਥੇ, ਉਹ ਰਾਜਾਂ ਦੇ ਵਿੱਚ ਬਿਜ਼ੀ ਨੇ। 83 ਮੈਂਬਰਾਂ ਨੇ ਬਿੱਲ ਦੇ ਪੱਖ, ਜਦੋਂ ਕਿ 45 ਜਿਹੜੇ ਸੀ ਉਹਨਾਂ ਨੇ ਖਿਲਾਫ ਵੋਟਾਂ ਪਾਈਆਂ। ਆਪ ਦੇ ਰਾਜ ਸਭਾ ਮੈਂਬਰ ਐਨਡੀ ਗੁਪਤਾ ਨੇ ਬਿੱਲ ਦੇ ਖਿਲਾਫ ਸੁਪਰੀਮ ਕੋਰਟ ਜਾਣ ਦਾ ਐਲਾਨ ਜਿਹੜਾ ਉਹ ਕੀਤਾ। ਸੁਪਰੀਮ ਕੋਰਟ ਨੇ ਇਸ ਮਸਲੇ ਦੇ ਉੱਤੇ ਕੁਛ ਸਮਾਂ ਪਹਿਲਾਂ ਬੜੀ ਕਲੀਅਰ ਜਿਹੜੀ ਆ ਉਹ ਰਾਏ ਆਪਣੀ ਰੱਖੀ ਸੀ ਔਰ ਇਹ ਜਿਹੜੀ ਕਲੀਅਰ ਰਾਏ ਸੀਗੀ ਉਹ ਇਹ ਸੀ ਕਿ ਸਰਕਾਰ ਦੇ ਕੋਲੇ ਪਾਵਰਾਂ ਨੇ, ਲੋਕਾਂ ਦੀ ਚੁਣੀ ਹੋਈ ਜਿਹੜੀ ਆ ਉਹ ਸਰਕਾਰ ਹੈ, ਐਲ ਜੀ ਲੋਕਾਂ ਦਾ ਚੁਣਿਆ ਹੋਇਆ ਨਹੀਂ। ਮਤਲਬ ਕਿ ਵੋਟਾਂ ਦੇ ਕੋਈ ਮਾਇਨੇ ਜਿਹੜੇ ਉਹ ਨਹੀਂ ਰਹਿ ਜਾਣੇ ਇਹ ਕਾਨੂੰਨ ਬਣਨ ਤੋਂ ਬਾਅਦ, ਤੇ ਦਿੱਲੀ ਦੀ ਸਰਕਾਰ ਦੀਆਂ ਪਾਵਰਾਂ ਜਿਹੜੀਆਂ ਉਹ ਕੰਪਲੀਟ ਖਤਮ ਹੋ ਜਾਣਗੀਆਂ। ਉਹ ਕੋਈ ਫੈਸਲਾ ਨਹੀਂ ਲੈ ਸਕੀ, ਕਿਸੇ ਫਾਈਲ ਨੂੰ ਅੱਗੇ ਨਹੀਂ ਤੋਰ ਸਕ, ਉਹ ਫਾਈਲਾਂ ਜਾਂ ਜਿਹੜੇ ਫੈਸਲੇ ਨੇ ਸਭ ਤੋਂ ਪਹਿਲਾਂ ਲੈਫਟੀਨੈਂਟ ਗਵਰਨਰ ਕੋਲੇ ਜਾਣਗੇ ਜੀ, ਹੌਲੀ ਹੌਲੀ ਸਾਰਿਆਂ ਦੇ ਹੀ ਪਰ ਕੁਤਰੇ ਜਾਣਗੇ। ਅੱਗੇ ਗੱਲ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨਗੇ ਕਿਸਾਨ, ਰੁਕੇ ਗਏ ਤੇ ਸਾਰੀ ਰਾਤ ਸੜਕ ਤੇ ਸੁੱਤੇ। ਐਕਚੁਅਲੀ ਇਹ ਮਾਮਲਾ ਪਹਿਲਾਂ ਵੀ ਕਈ ਵਾਰੀ ਕਵਰ ਕੀਤਾ, ਦਿੱਲੀ ਕਟੜਾ ਹਾਈਵੇ ਜਿਹੜਾ ਬਣ ਰਿਹਾ ਉਹਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਕਿਸਾਨਾਂ ਦੀਆਂ ਲਈਆਂ ਜਾ ਰਹੀਆਂ। ਜਦੋਂ ਬਠਿੰਡਾ ਵੀਰਪੁਰ ਹਾਈਵੇ ਬਣਿਆ ਤੇ ਉਦੋਂ ਕਿਉਂਕਿ ਉਹ ਸੀ ਸਟੇਟ ਹਾਈਵੇ, ਅਕਾਲੀ ਭਾਜਪਾ ਸਰਕਾਰ ਦੇ ਵੇਲੇ ਅਕਾਲੀ ਦਲ ਦੇ ਬਹੁਤ ਸਾਰੇ ਆਗੂਆਂ ਨੇ, ਬਲਕਿ ਪ੍ਰਮੁੱਖ ਆਗੂਆਂ ਨੇ ਜ਼ਮੀਨਾਂ ਇੱਥੇ ਖਰੀਦ ਸੀ, ਉਹਨਾਂ ਨੂੰ ਪਤਾ ਸੀ ਕਿ ਇੱਥੋਂ ਹਾਈਵੇ ਲੰਘਣਾ ਤੇ ਜ਼ਮੀਨਾਂ ਮਹਿੰਗੀਆਂ, ਉਹਨਾਂ ਨੇ ਆਪ ਹੀ ਕਰ ਲਈਆਂ। 1.5 ਕਰੋੜ ਕਿੱਲਾ ਉਦੋਂ ਅਕਵਾਇਰ ਕੀਤਾ ਗਿਆ ਔਰ ਹੁਣ ਜਦੋਂ ਹਾਈਵੇ ਆਇਆ ਤੇ ਪਹਿਲਾਂ ਤਾਂ 12 ਤੋਂ 15 ਲੱਖ ਰੁਪਈਆ ਜਿਹੜਾ ਉਹ ਦਿੱਤਾ ਜਾ ਰਿਹਾ ਸੀ। ਇਹ ਕਿਸਾਨ ਤਕਰੀਬਨ 4 ਮਹੀਨੇ ਲਗਾਤਾਰ ਮੋਰਚਾ ਲਾਈ ਬੈਠੇ ਆ ਭਵਾਨੀਗੜ੍ਹ ਉੱਤੇ, ਜਿਹੜੇ ਸੰਗਰੂਰ ਪਟਿਆਲਾ ਸੜਕ ਦੇ ਉੱਤੇ ਇਹ ਮੰਗ ਕਰ ਰਹੇ ਆ ਕਿ ਜਿੰਨੀ ਦੇਰ ਤੱਕ ਦਿੱਲੀ ਦੇ ਵਿੱਚ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਉਨੀ ਦੇਰ ਤੱਕ ਇਹ ਜ਼ਮੀਨ ਅਕਵਾਇਰ ਨਾ ਕੀਤੀ ਜਾਵੇ,
ਕਿਉਂਕਿ ਅਸੀਂ ਇਹਨੇ ਘੱਟ ਮੁੱਲ ਤੇ ਆਪਣੀ ਨਹੀਂ ਦੇਣੀ, ਅਸੀਂ ਉੱਜੜ ਜਾਵਾਂਗੇ। ਦੋ ਦੋ ਘੰਟਿਆਂ ਦੇ ਮਾਲਕ, ਢਾਈ ਢਾਈ ਕਿੱਲਿਆਂ ਦੇ ਮਾਲਕ ਜਿਹੜੇ ਨੇ, ਉਹਨਾਂ ਦੀਆਂ ਜ਼ਮੀਨਾਂ ਇਹਦੇ ਵਿੱਚ ਆ ਰਹੀਆਂ ਨੇ। ਤੇ ਦਿੱਲੀ ਕੰਡਾ ਹਾਈਵੇ 6 ਲੇਨ ਜਿਹੜਾ ਬਣ ਰਿਹਾ, ਇੱਕ ਵੈਸੇ ਹਾਈਵੇ ਜਿਹੜਾ ਬਣ ਰਿਹਾ ਉਹ ਅੰਮ੍ਰਿਤਸਰ ਅਜਮੇਰ ਸ਼ਰੀਫ ਵਾਲਾ ਵੀ ਬਣ ਰਿਹਾ, ਉਹ ਵੀ ਬਠਿੰਡੇ ਦੇ ਨੇੜੇ ਵੀ ਜਿਹੜਾ ਜੀ ਉਹ ਲੰਘਣਾ, ਉਹਦਾ ਅਜੇ ਸੰਘਰਸ਼ ਬਹੁਤਾ ਤੇਜ਼ ਨਹੀਂ ਹੋਇਆ, ਇਹ ਜ਼ਰੂਰ ਜਿਹੜਾ ਤੇਜ਼ ਹੋ ਗਿਆ। ਇਹਦੇ ਵਿੱਚ ਜਿਹੜੀ ਸੰਘਰਸ਼ ਕਰ ਰਹੀ ਕਮੇਟੀ ਆ, ਉਹ ਇਹ ਕਹਿੰਦੀ ਆ ਕਿਉਂਕਿ ਜ਼ਮੀਨ ਬੇਸ਼ੱਕ ਸੈਂਟਰ ਦੀ ਸਰਕਾਰ ਨੇ ਨੈਸ਼ਨਲ ਹਾਈਵੇ ਅਥਾਰਟੀ ਇੰਡੀਆ ਦੇ ਨਾਮ ਹੇਠ ਲੈਣੀ ਆ, ਪਰ ਅਕਵਾਇਰ ਕਰਕੇ ਸੂਬੇ ਨੇ। ਉਹ ਕਹਿੰਦੇ 4 ਮਹੀਨਿਆਂ ਤੋਂ ਅਸੀਂ ਬੈਠੇ ਹਾਂ, ਮੁੱਖ ਮੰਤਰੀ ਤਾਂ ਛੱਡੋ, ਕੋਈ ਮੰਤਰੀ ਕੋਈ MLA ਉਹਨਾਂ ਦੀ ਸਾਰ ਲੈਣ ਨਹੀਂ, ਕਿਸੇ ਨੇ ਪੁੱਛਿਆ ਨਹੀਂ। ਬਲਕਿ ਉਹ ਕਹਿੰਦੇ ਕਿ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੇ ਜਿਹੜੇ ਮੁੱਖ ਨੇ ਉਹ ਅਫਸਰਾਂ ਨੂੰ ਪੁਸ਼ ਕਰ ਰਹੇ ਆ ਕਿ ਛੇਤੀ ਤੋਂ ਛੇਤੀ ਇਹ ਜ਼ਮੀਨ ਜਿਹੜੀ ਆ ਉਹ ਅਕਵਾਇਰ ਕਰਕੇ ਨੈਸ਼ਨਲ ਹਾਈਵੇ ਅਥਾਰਟੀ ਦੇ ਹਵਾਲੇ ਜਿਹੜੀ ਉਹ ਕੀਤੀ ਜਾਵੇ। ਰੋਸ ਵਜੋਂ ਇਹ ਮੁੱਖ ਮੰਤਰੀ ਦੇ ਘਰ ਦੇ ਮੂਹਰੇ ਜਾ ਕੇ ਜਿਹੜਾ ਆਪਣਾ ਧਰਨਾ ਲਾਉਣਾ ਚਾਹੁੰਦੇ ਸੀਗੇ, ਸੰਗਰੂਰ ਰੋਡ ਤੋਂ ਆਉਂਦਿਆਂ ਭਾਖੜਾ ਦੇ ਉੱਤੇ ਪੁਲਿਸ ਇਹਨਾਂ ਨੂੰ ਰੋਕ ਲਿਆ ਔਰ ਇਹ ਉੱਥੇ ਹੀ ਜਿਹੜਾ ਬੈਠ ਗਏ। ਆਪਣੇ ਨਾਲ ਖਾਣ ਪੀਣ ਦਾ ਸਮਾਨ ਟਰਾਲੀਆਂ ਦੇ ਵਿੱਚ ਲੱਦ ਕੇ ਲੈ ਕੇ ਆਏ ਹੋਏ ਨੇ। ਇਹ ਇੱਕ ਇੱਕ ਜ਼ਿਲ੍ਹੇ ਦੇ ਵਿੱਚੋਂ ਇੱਕ ਇੱਕ ਟਰਾਲੀ ਜਿਹੜੀ ਉਹ ਲਿਆਂਦੀ ਹੈ ਔਰ ਉਹਦੇ ਵਿੱਚ 10-10 ਜਾਣੇ ਨੇ। ਇਹਨਾਂ ਨੇ ਉੱਥੇ ਫਿਰ ਜਿਹੜਾ ਧਰਨਾ ਲਾ ਦਿੱਤਾ, ਪੂਰੀ ਰਾਤ ਉੱਥੇ ਹੀ ਇਹਨਾਂ ਨੇ ਕੱਟੀ ਆ। ਇਹਦੇ ਨਾਲ ਸੰਗਰੂਰ ਪਟਿਆਲਾ ਰੋਡ ਤੇ ਪਟਿਆਲਾ ਸਮਾਣਾ ਰੋਡ ਜਿਹੜੀਆਂ ਉਹ ਬੰਦ ਹੋ ਗਈਆਂ ਔਰ ਜਿਹੜਾ ਪੁਲਿਸ ਨੂੰ ਇਹਨਾਂ ਦੇ ਬਦਲਵੇਂ ਰੂਟ ਦਾ ਇੰਤਜ਼ਾਮ ਕਰਨਾ ਪਿਆ। ਇਹ ਉੱਥੇ ਬਹਿ ਗਏ, ਉੱਥੇ ਹੀ ਸੁੱਤੇ ਨੇ ਰਾਤ ਔਰ ਉਹਨਾਂ ਦਾ ਇਹ ਕਹਿਣਾ ਕਿ ਇੰਨੀ ਦੇਰ ਤੱਕ ਇਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਘਰ ਦੇ ਬਾਹਰ ਜਾ ਕੇ ਧਰਨਾ ਲਾਉਣ ਦੀ ਦਿੱਤੀ ਜਾਂਦੀ ਜਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਕੋਈ ਨਹੀਂ ਪਹੁੰਚਦਾ, ਉਹ ਉਨੀ ਦੇਰ ਤੱਕ ਇੱਥੋਂ ਨਹੀਂ ਜਿਹੜਾ ਉਹ ਉੱਠਣਗੇ, ਚਾਹੇ ਉਹਦੇ ਵਾਸਤੇ ਜਿੰਨਾ ਵੀ ਸਮਾਂ ਉਹਨਾਂ ਨੂੰ ਇੱਥੇ ਕਿਉਂ ਨਾ ਜਿਹੜਾ ਉਹ ਬਹਿਣਾ ਪੈ ਜਾਵੇ। ਉੱਥੇ ਹੀ ਇਹਨਾਂ ਨੇ ਆਪਣਾ ਲੰਗਰ ਜਿਹੜਾ ਬਣਾਉਣਾ ਰਾਤ ਤੋਂ ਸ਼ੁਰੂ ਕਰ ਦਿੱਤਾ, ਉੱਥੇ ਹੀ ਭੱਠੀਆਂ ਵਗੈਰਾ ਸਾਰੀਆਂ ਲਾ ਲਈਆਂ ਨੇ, ਟਰਾਲੀਆਂ ਤੇ ਟਰੈਕਟਰ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਲਿਆ ਕੇ। ਬਿਲਕੁਲ ਜੀ, ਜੇ ਕੋਈ ਉਹਨਾਂ ਨੂੰ ਪੁੱਛਣ ਨਹੀਂ ਆਇਆ ਤੇ ਵੋਟਾਂ ਦੇ ਵੇਲੇ ਤਾਂ ਜ਼ਰੂਰ ਇਹ ਜਿਹੜੇ ਜਿੰਨੇ ਵੀ ਵਿਧਾਇਕ ਹੈਗੇ ਆਉਣਗੇ। ਅੱਗੇ ਪ੍ਰਸ਼ਾਂਤ ਕਿਸ਼ੋਰ ਦੀ ਜੇ ਗੱਲ ਕਰੀਏ ਤਾਂ ਉਸਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਆ ਤੇ ਜਿੰਨੇ ਵੀ MLA ਆ ਉਹਨਾਂ ਦੀਆਂ ਕਲਾਸਾਂ ਲਾਉਣੀਆਂ ਸ਼ੁਰੂ ਕੀਤੀਆਂ। ਦੇਖੋ ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਹੈ ਕਿ ਇੱਕ ਜਿਹੜਾ ਚੁਣਿਆ ਹੋਇਆ ਵਿਅਕਤੀ ਆ ਜਿਹਨੂੰ ਲੋਕਾਂ ਨੇ ਚੁਣਿਆ, ਉਹਨੂੰ ਇੱਕ ਠੇਕੇ ਤੇ ਲਿਆਂਦਾ ਬੰਦਾ ਜਿਹੜਾ ਉਹ ਆ ਕੇ ਇਹ ਪੁੱਛੇ ਕਿ ਤੂੰ ਜਿਹੜਾ ਜੀ ਤੈਨੂੰ ਇਹਦੇ ਬਾਰੇ ਕੀ ਕਹਿਣਾ। ਗਰਾਊਂਡ ਦੇ ਉੱਤੇ ਤਾਂ ਕੰਮ ਕਰਨ ਵਾਲਾ ਜਿਹੜਾ ਬੰਦਾ ਉਹਦਾ ਐਕਸਪੀਰੀਅੰਸ ਸਭ ਤੋਂ ਵੱਧ ਹੁੰਦਾ, ਪਰ ਉਹਨੂੰ ਛੱਡ ਕੇ ਕਿਉਂਕਿ ਪ੍ਰਸ਼ਾਂਤ ਕਿਸ਼ੋਰ ਨੂੰ ਲਿਆਂਦਾ ਮੋਟੀ ਤਨਖਾਹ ਦੇ ਔਰ ਉਹਨੇ ਹੁਣ ਇੱਥੇ ਜਿਹੜੇ ਪਹਿਲੀ ਵਾਰੀ ਜਿੱਤ ਕੇ ਆਏ ਕਾਂਗਰਸ MLA ਸੀ 37 ਉਹ ਸੱਦੇ, 31 ਇਹਦੇ ਵਿੱਚੋਂ ਜਿਹੜੇ ਸੀਗੇ ਉਹ ਪਹੁੰਚੇ ਜਿਹੜਾ ਸਰਕਾਰੀ ਘਰ ਹੈ ਮੁੱਖ ਮੰਤਰੀ ਹੋਰਾਂ ਦਾ, ਉੱਥੇ ਪ੍ਰਸ਼ਾਂਤ ਕਿਸ਼ੋਰ ਆ ਕੇ ਜਿਹੜਾ ਵੀ ਉਹ ਬੈਠੇ। ਉਂਝ ਤਾਂ ਮੁੱਖ ਮੰਤਰੀ ਸਾਹਿਬ ਤਾਂ ਆਪਣੇ ਬਾਹਰਲੇ ਘਰੇ ਰਹਿੰਦੇ, ਇੱਥੇ ਨਹੀਂ ਰਹਿੰਦੇ, ਤੋ ਉੱਥੇ ਉਹਨਾਂ ਤੋਂ 3-3 ਦੇ ਗਰੁੱਪ ਬਣਾ ਕੇ ਫਿਰ ਕੁਛ ਵਿਧਾਇਕਾਂ ਦੇ ਨਾਲ ਇਕੱਲੇ ਇਕੱਲੇ ਦੇ ਨਾਲ ਟੀਮ ਜਿਹੜੀ ਆ ਉਹ ਕੀਤੀ ਗਈ। ਪੁੱਛਿਆ ਇਹ ਜਾ ਰਿਹਾ ਕਿ ਕੈਪਟਨ ਸਰਕਾਰ ਦੇ 4 ਸਾਲ ਦੇ ਕੰਮ ਤੋਂ ਕਿੰਨੇ, ਲੋਕਾਂ ਦੀ ਸਰਕਾਰ ਦੇ ਬਾਰੇ ਦੇ ਵਿੱਚ ਰਾਏ ਕੀ, ਸਰਕਾਰ ਪਿੱਛੇ ਕਿੱਥੇ ਰਹਿ ਗਈ, ਦੁਬਾਰਾ ਚੋਣਾਂ ਲੜਨ ਦਾ ਮੌਕਾ ਮਿਲਣ ਦੇ ਉੱਤੇ ਮੁੱਦੇ ਕੀ, ਸਰਕਾਰ ਦੀਆਂ ਕਮੀਆਂ ਜਿਹੜੀਆਂ ਉਹਦਾ ਪਤਾ ਲਾਇਆ ਜਾ ਰਿਹਾ। ਹੁਣ ਇਹ ਕਿਹਾ ਜਾ ਰਿਹਾ ਕਿ ਇਸ ਤੋਂ ਬਾਅਦ ਜਿਹੜੇ 2 ਵਾਰ ਤੋਂ ਵੱਧ ਜਾਂ 2 ਵਾਰੀ ਜਿੱਤੇ ਹੋਏ ਵਿਧਾਨਕਾਰ ਨੇ ਉਹਨਾਂ ਦੇ ਨਾਲ ਮੀਟ ਕੀਤੀ ਜਾਊਗੀ, ਇਹਦੇ ਵਿੱਚ ਸੀਨੀਅਰ ਵਿਧਾਇਕਾਂ ਦੇ ਨਾਲ ਵੱਖਰੇ ਤੌਰ ਦੇ ਉੱਤੇ ਮੀਟਿੰਗ ਜਾਊਗੀ ਜਿਹੜੇ ਕਿ ਕਾਂਗਰਸ ਦੇ ਵਿੱਚ ਲੰਮੇ ਸਮੇਂ ਤੋਂ ਵਿਧਾਇਕ ਬਣਦੇ ਆ ਰਹੇ ਆ। 6 ਵਿਧਾਇਕ ਸੀਗੇ ਇਸ ਮੀਟਿੰਗ ਦੇ ਵਿੱਚ ਗੈਰ ਹਾਜ਼ਰ ਰਹੇ, ਕਿਉਂ ਗੈਰ ਹਾਜ਼ਰ ਰਹੇ ਇਹਦਾ ਵੀ ਅਜੇ ਜਿਹੜਾ ਪਤਾ। ਇਹਦੇ 'ਚ ਸੁਨੀਲ ਕੁਮਾਰ ਰਿੰਗ, ਹਰਦੇਵ ਸਿੰਘ ਲਾਡੀ, ਸਿੰਘ DC, ਸੁਖਪਾਲ ਸਿੰਘ ਭੁੱਲਰ, ਚੌਧਰੀ ਸੁਰਿੰਦਰ ਸਿੰਘ ਤੇ ਦਰਸ਼ਨ ਸਿੰਘ ਮੰਗਪੁਰ ਸ਼ਾਮਲ ਨੇ। ਇਹਦੇ ਵਿੱਚ ਸਵਾਲ ਜਿਹੜਾ ਵੱਡਾ ਇਹ ਆ ਕਿ ਇਹਨਾਂ MLA ਨੇ ਕੀ ਜਵਾਬ ਦਿੱਤੇ ਹੋਣਗੇ। ਇਹ ਕਿਹਾ ਜਾ ਰਿਹਾ ਕਿ ਜਵਾਬ ਕੁਛ ਇੱਕ ਨੇ ਤਿੱਖੇ ਦਿੱਤੇ, ਬਹੁਤਿਆਂ ਨੇ, ਕਿਉਂਕਿ ਉਹਨਾਂ ਦੀ ਕੋਸ਼ਿਸ਼ ਇਹੀ ਆ ਕਿ ਉਹ ਇਹ ਆਪਣਾ ਪੱਕਾ ਕਰਨਗੇ ਵੀ ਮੈਨੂੰ ਗਾਂਹ ਟਿਕਟ ਮਿਲੂਗੀ ਕਿ ਨਹੀਂ। ਇਸੇ ਕਰਕੇ ਜਿਹੜੇ ਪਹਿਲੀ ਵਾਰੀ ਜਿੱਤ ਕੇ ਆਏ ਆ ਉਹ ਆਪਣਾ ਕੈਰੀਅਰ ਜਿਹੜਾ ਜੀ ਉਹ ਖਰਾਬ ਨਹੀਂ ਕਰਨਾ ਚਾਹੁੰਗੇ ਬੋਲ ਕੇ। ਇਹ ਇਸ ਚੀਜ਼ ਦਾ ਪਤਾ ਪ੍ਰਸ਼ਾਂਤ ਕਿਸ਼ੋਰ ਨੂੰ ਵੀ ਹੈ, ਇਸੇ ਕਰਕੇ ਪਹਿਲਾਂ ਮੀਟਿੰਗ ਆ ਉਹ ਇਹਨਾਂ ਦੇ ਨਾਲ ਲਾਈ ਗਈ ਜਿਹੜੇ ਕਿ ਪਹਿਲੀ ਵਾਰੀ ਜਿੱਤ ਕੇ ਆਏ ਸੀ। ਉਹਨਾਂ ਨੇ ਕਿਹੋ ਜਿਹਾ ਜਵਾਬ ਦਿੱਤਾ ਹੋਣਾ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ ਕਿ ਸਾਨੂੰ ਇਹ ਦੱਸੋ ਵੀ ਸਾਨੂੰ ਟਿਕਟ ਜਿਹੜੀ ਉਹ ਮਿਲੂਗੀ। ਗਰਾਊਂਡ ਦੇ ਉੱਤੇ MLA ਤੋਂ ਦੀ ਲੋੜ ਹੈ ਕਿ ਕਿਹੜੀਆਂ ਗੱਲਾਂ ਦੀ ਕਮੀ ਰਹਿ ਗਈ ਜਾਂ ਸਰਕਾਰ ਦੇ ਬਾਰੇ ਦੇ ਵਿੱਚ ਲੋਕ ਕੀ ਸੋਚਦੇ ਆ, ਪਰ ਇਹਨਾਂ ਨੂੰ ਨਾਲ ਰੱਖਣ ਟਿਕਟ ਦਾ ਲਾਰਾ ਲਾਉਣ ਦੇ ਵਾਸਤੇ ਇੱਕ ਸੋਚੀ ਸਟ੍ਰੈਟਜੀ ਆ ਉਹਦੇ ਤਹਿਤ ਜਿਹੜਾ ਪ੍ਰਸ਼ਾਂਤ ਕਿਸ਼ੋਰ ਮੀਟਿੰਗ ਕਰ ਰਹੇ ਨੇ। ਲੋਕਾਂ ਨੂੰ ਵੀ ਪੁੱਛ ਲੈਣ ਕਾਹਦੀ ਕਮੀ ਰਹਿ ਗਈ ਆ। ਅੱਗੇ ਗੱਲ ਕਰਦੇ ਹਾਂ ਬਿਜਲੀ ਸਮਝੌਤੇ ਦਾ,
ਉਦੋਂ ਜਦੋਂ ਇਲੈਕਸ਼ਨਾਂ ਪਿੱਛੇ ਹੋਈਆਂ ਤੇ ਇੱਕ ਵਾਈਟ ਪੇਪਰ ਜਾਰੀ ਕਰਨਾ ਸੀ, ਹੁਣ ਉਸ ਦੀ ਤਿਆਰੀ ਹੋ ਰਹੀ ਹੈ। ਬਿਲਕੁਲ ਜੀ, ਇਹਦੀ ਤਿਆਰੀ ਫਿਰ ਤੋਂ ਦੁਬਾਰਾ ਹੋ ਰਹੀ ਆ ਕਿ ਜਿਹੜਾ ਇਹ ਵਾਈਟ ਪੇਪਰ ਹੈਗਾ ਉਹਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਪਿਛਲੀ ਜਿਹੜੀ ਸਰਕਾਰ ਸੀ ਅਕਾਲੀ ਭਾਜਪਾ ਦੀ, ਉਹਦੇ ਵੇਲੇ ਹੋਏ ਬਿਜਲੀ ਸਮਝੌਤਿਆਂ ਦੇ ਉੱਤੇ ਉਹਦਾ ਜ਼ਿਕਰ ਹੋਊਗਾ। ਔਰ ਇਹਦਾ ਡਰਾਫਟ ਤਿਆਰ ਕੀਤਾ ਗਿਆ ਜਿਹਨੂੰ ਅੰਤਿਮ ਛੋਹ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਪਿਛਲੇ 'ਚ ਵੀ ਆਪਣੇ ਬਾਹਰਲੇ ਘਰੇ ਗਠਜੋੜ ਸਰਕਾਰ ਵੇਲੇ ਹੋਏ ਬਿਜਲੀ ਸਮਝੌਤਿਆਂ ਤੇ ਵਾਈਟ ਪੇਪਰ ਤੇ ਤਿਆਰ ਡਰਾਫਟ ਦੀ ਚਰਚਾ ਲਈ ਮੀਟ ਕੀਤੀ, ਔਰ ਇਹਦੇ ਵਿੱਚ ਕੈਬਨਿਟ ਮੰਤਰੀ ਵੀ ਜਿਹੜੇ ਸ਼ਾਮਿਲ ਹੋਏ ਨੇ। ਇਹ ਕਿਹਾ ਜਾ ਰਿਹਾ ਕਿ ਇਹਦੇ ਵਿੱਚ ਉਦਯੋਗ ਮੰਤਰੀ ਤੇ ਸਿੱਖਿਆ ਮੰਤਰੀ ਜਿਹੜੇ ਉਹ ਗੈਰ ਹਾਜ਼ਰ ਸੀਗੇ। ਬਿਜਲੀ ਸੈਕਟਰ ਦੇ ਉੱਤੇ ਵਾਈਟ ਪੇਪਰ ਦੇ ਤਿਆਰ ਡਰਾਫਟ ਸਾਰੇ ਵਜ਼ੀਰਾਂ ਨੇ ਇਹਦੇ ਵਿੱਚ ਆਪਣੀ ਰਾਏ ਜਿਹੜੀ ਆ ਉਹ ਰੱਖੀ ਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ 17 ਜਨਵਰੀ ਪਿਛਲੇ ਵਰੇ ਬਿਜਲੀ ਸੈਕਟਰ ਤੇ ਵਾਈਟ ਪੇਪਰ ਜਾਰੀ ਕਰਨ ਦਾ ਐਲਾਨ ਕੀਤਾ ਸੀਗਾ, ਪਰ ਬਜਟ ਦੇ ਲੰਘਣ ਤੋਂ ਬਾਅਦ ਵੀ ਵਾਈਟ ਪੇਪਰ ਹਾਲੇ ਤੱਕ ਕਿਸੇ ਤਣ ਪੱਤਣ ਨਹੀਂ ਲੱਗਿਆ। ਪੰਜਾਬ ਸਰਕਾਰ ਵਿਧਾਨ ਸਭਾ ਦੇ ਅਗਲੇ ਸੈਸ਼ਨ ਦੇ ਵਿੱਚ ਵਾਈਟ ਪੇਪਰ ਲਿਆ ਸਕਦੀ। ਹੁਣ ਸਵਾਲ ਇਹ ਆ ਕਿ ਜਿਹੜੇ ਹਿਸਾਬ ਦੇ ਨਾਲ ਸੈਸ਼ਨ ਲੰਘ ਗਿਆ ਪਿਛਲਾ, ਉਹ ਤਾਂ ਲਾਸਟ ਸੀਗਾ, ਅਗਲਾ ਸੈਸ਼ਨ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਆਉਣਾ ਨਹੀਂ। ਇਹ ਵਾਈਟ ਪੇਪਰ ਜਿਹੜਾ ਇਹ ਇਲੈਕਸ਼ਨਾਂ ਦੇ ਵਿੱਚ ਵਰਤਿਆ, ਉਹ ਕਹਾਣੀ ਜਿਹੜੀ ਜੀ ਉਹ ਸਮਝ ਆ ਰਹੀ ਹੈ ਥੋੜੀ। ਗਠਜੋੜ ਸਰਕਾਰ ਵੇਲੇ ਬਿਜਲੀ ਸਮਝੌਤੇ ਕੀ ਠੀਕ ਹੋਏ, ਜੇ ਠੀਕ ਨਹੀਂ ਹੋਏ ਤਾਂ ਕੌਣ ਜ਼ਿੰਮੇਵਾਰ ਸੀ? ਬਿਜਲੀ ਦੀਆਂ ਵੱਧ ਰਹੀਆਂ ਦਰਾਂ ਦੇ ਕਰਕੇ ਤੇ ਉਹਨਾਂ ਦੇ ਵਿੱਚ ਕਟੌਤੀ ਵਾਸਤੇ ਚੁੱਕੇ ਜਾਣ ਵਾਲੇ ਸਟੈਪ ਦੇ ਗੱਲ ਜਿਹੜੀ ਉਹ ਹੋਣੀ ਆ। ਜਦੋਂ ਤੁਸੀਂ ਆਹ ਚੀਜ਼ਾਂ ਨੂੰ ਦੇਖਦੇ ਹੋ ਤਾਂ ਫਿਰ ਤੁਹਾਨੂੰ ਗੱਲ ਸਮਝ ਆਉਂਦੀ ਹੈ ਕਿ ਇਹ ਚੀਜ਼ਾਂ ਈਵਨ ਜਿਹੜੇ ਬਜਟ ਦੇ ਵਿੱਚ ਰੱਖਿਆ ਗਿਆ ਜਿਹੜਾ ਕੁਛ ਕਿ ਜੀ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਸਰਕਾਰੀ ਬੱਸਾਂ 'ਚ ਰਾਈਡ ਫ੍ਰੀ ਕਰਨੀ ਆ, ਜਾਂ ਜਿਹੜਾ ਬੁਢਾਪਾ ਪੈਨਸ਼ਨ ਆ ਉਹ ਵਧਾਉਣੀ ਹੈ, ਉਹ ਜੁਲਾਈ ਤੋਂ ਲਾਗੂ ਹੋਣੀ। ਸੰਭਾਵੀ ਰੂਪ ਦੇ ਵਿੱਚ ਜਿਵੇਂ ਆ ਮੀਟਿੰਗ 'ਤੇ ਸਾਰਾ ਕੁਛ ਚੱਲ ਰਿਹਾ, ਇਉਂ ਲੱਗਦਾ ਕਿ ਜਿਹੜੀਆਂ ਇਲੈਕਸ਼ਨਾਂ ਨੇ ਉਹ ਸਮੇਂ ਤੋਂ ਪਹਿਲਾਂ ਆ ਜਾਣਗੀਆਂ, ਕਿਉਂਕਿ ਅਸਲ ਸਮੱਸਿਆ ਜਿਹੜੀ ਖੇਤੀ ਬਿੱਲਾਂ ਦੇ ਨਾਲ ਆ ਉਹ ਝੋਨੇ 'ਤੇ ਆਉਣੀ ਹੈ। ਕਣਕ ਕਿਸੇ ਨਾ ਕਿਸੇ ਤਰੀਕੇ ਨਾਲ ਚੁੱਕੀ ਜਾਣੀ ਹੈ। ਉਦੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰੀ ਇਹ ਚੋਣਾਂ ਕਰਾਉਣੀਆਂ ਚਾਹੁੰਦੇ ਆ, ਕਿਉਂਕਿ ਮੁਸੀਬਤ ਉਹਨਾਂ ਦੇ ਗੱਲ ਝੋਨੇ ਵਾਲੀ ਨਾ ਪਏ ਅਤੇ ਉਹ ਉਦੋਂ ਪਹਿਲਾਂ ਦੁਬਾਰਾ ਤੋਂ ਸਰਕਾਰ ਜਿਹੜੀ ਉਹ ਫੇਰ ਬਣਾ ਲੈਣ। ਜੇ ਦੇਖਿਆ ਜਾਵੇ ਤਾਂ ਉਸ ਹਿਸਾਬ ਦੇ ਨਾਲ ਅਕਤੂਬਰ ਦੇ ਵਿੱਚ ਚੋਣਾਂ ਸੰਭਾਵੀ ਰੂਪ ਇਸੇ ਸਾਲ ਆ ਸਕਦੀ ਤੇ ਉਹਦੀ ਹੀ ਤਿਆਰੀ ਜਿਹੜੀ ਕਈ ਜਾ ਸਕਦੀ ਹੈ। ਜੇ ਅਕਤੂਬਰ ਦੇ ਵਿੱਚ ਚੋਣਾਂ ਆਉਂਦੀਆਂ ਨੇ ਤੇ ਇਹਦਾ ਮਤਲਬ ਇਹ ਕਿ ਅਪ੍ਰੈਲ ਮਈ ਦੇ ਵਿੱਚ ਜਿਹੜਾ ਜੀ ਉਹ ਅਸਤੀਫਾ ਦੇ ਸਕਦੇ ਆ ਵਿਧਾਨ ਸਭਾ, ਉਹਨਾਂ ਦੇ ਸਾਰੇ ਮੈਂਬਰ ਜਿਹੜੇ ਜੀ ਇਹ ਕਹਿ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਹੁੰਦੇ ਨੇ ਉਹ ਭੰਗ ਕਰ ਸਕਦੇ ਆ ਤੇ ਨਵੀਆਂ ਚੋਣਾਂ ਦੀ ਸਿਫਾਰਸ਼ ਜਿਹੜੀ ਕਰ ਸਕਦੇ ਆ। 6 ਮਹੀਨਿਆਂ ਦੇ ਵਿੱਚ ਚੋਣਾਂ ਹੋਣੀਆਂ ਹੁੰਦੀਆਂ ਨੇ, ਜੇ ਉੱਥੋਂ ਤੁਸੀਂ ਕੈਲਕੂਲੇਸ਼ਨ ਕਰਦੇ ਹੋ ਸੰਭਾਵੀ ਰੂਪ ਦੇ ਵਿੱਚ ਅਕਤੂਬਰ ਦੇ ਵਿੱਚ ਇਹ ਚੋਣਾਂ ਹੋ ਸਕਦੀਆਂ। ਵਾਈਟ ਪੇਪਰ ਹੁਣ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਤਾਂ ਨਹੀਂ ਆਊਗਾ ਸ਼ਾਇਦ, ਜੋ ਲੱਗ ਰਿਹਾ ਇਹਨੂੰ ਵਰਤਿਆ ਜਾਊਗਾ ਚੋਣਾਂ ਦੇ ਵਿੱਚ ਕਿ ਆਹ ਦੇਖੋ ਜੀ ਅਸੀਂ ਵਾਅਦਾ ਕੀਤਾ ਸੀ ਤੇ ਆਹ ਵਾਅਦਾ ਤੁਹਾਡੇ ਸਾਹਮਣੇ ਅਸੀਂ ਵਾਈਟ ਪੇਪਰ ਰੱਖਤਾ ਕਿ ਅਕਾਲੀਆਂ ਨੇ ਸਾਰਾ ਕੀ, ਸਾਨੂੰ ਨਹੀਂ ਕੁਛ ਵੀ ਪਤਾ ਕਿ ਬਿਜਲੀ ਦੇ ਰੇਟ ਕਿਉਂ ਵੱਧ ਰਹੇ। ਬਿਲਕੁਲ ਜੀ, ਅੰਦਰੋਂ ਗਤੀ ਬਹੁਤ ਕੁਛ ਹੋ ਚੁੱਕਾ ਹੈ ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ। RSS ਨੇ ਪੰਜਾਬ ਦੇ ਵਿੱਚੋਂ ਇਕੱਠੇ ਕੀਤੇ 47 ਕਰੋੜ। ਦੇਖੋ ਇਹ ਹੋ ਸਕਦਾ ਹੈ ਕਿ ਜਿਹੜੇ ਨੰਬਰ ਆ ਉਹ ਹੈਰਾਨੀ ਵਾਲੇ ਹੋਣ, ਪਰ RSS ਨੇ ਪੰਜਾਬ ਦੇ ਵਿੱਚ ਕਿੰਨੇ ਪਿੰਡਾਂ ਦੇ ਵਿੱਚ ਅੱਧੇ ਵੱਧ ਪਿੰਡਾਂ ਦੇ ਵਿੱਚ ਪੈਰ ਉਹ ਪਸਾਰਲੇ ਹੋਏ ਆ। ਪੰਜਾਬ ਦੇ ਸੰਘ ਚਾਲਕ ਨੇ ਇਕਬਾਲ ਸਿੰਘ ਉਹ ਇਹ ਕਹਿੰਦਾ ਕਿ ਰਾਮ ਮੰਦਿਰ ਦੇ ਨਿਰਮਾਣ ਦੇ ਵਾਸਤੇ ਫੰਡ ਇਕੱਠਾ ਕਰਨ ਵੇਲੇ RSS ਪੰਜਾਬ ਦੇ ਕੁੱਲ 12,716 ਪਿੰਡਾਂ ਦੇ ਵਿੱਚੋਂ 6,660 ਪਿੰਡਾਂ ਦੇ ਨਾਲ ਸਿੱਧਾ ਰਾਬਤ ਕਰਕੇ 20 ਲੱਖ ਜਿਹੜੇ ਪਰਿਵਾਰਾਂ ਕੀਤੀ ਆ। ਪੰਜਾਬ ਦੇ ਵਿੱਚੋਂ RSS ਮੰਦਿਰ ਬਣਾਉਣ ਦੇ ਵਾਸਤੇ 46,97,00,000 ਰੁਪਈਏ ਇਕੱਠੇ ਕੀਤੇ ਆ, ਲਗਭਗ 47। RSS ਇੱਕ ਬਹੁਤ ਵੱਡੀ ਪ੍ਰਾਪਤੀ ਵਜੋਂ ਪਿਛਲੇ ਦਿਨੀ ਬੈਂਗਲੁਰੂ ਦੇ ਵਿੱਚ 2 ਦਿਨਾਂ ਦੀ RSS ਦੀ ਅਖਿਲ ਭਾਰਤੀ ਪ੍ਰਤੀਨਿਧੀ ਸਭਾ ਹੋਈ ਸੀ, ਉਹਦੇ ਵਿੱਚ ਮੀਟਿੰਗ ਤੋਂ ਬਾਅਦ ਸੰਘ ਦੇ ਚਾਲਕ ਨੇ ਇਹ ਜਾਣਕਾਰੀ ਜਿਹੜੀ ਹੈ ਇੱਕ ਪ੍ਰੈਸ ਰਿਲੀਜ਼ ਦੇ ਰਾਹੀਂ ਦਿੱਤੀ ਹੈ। ਇਕਬਾਲ ਸਿੰਘ ਆ ਕੇ ਰਾਮ ਮੰਦਿਰ ਦੇ ਨਿਰਮਾਣ ਲਈ ਚੰਦਾ ਇਕੱਠਾ ਕਰਨ ਦੀ ਮੁਹਿੰਮ ਦੇ ਤਹਿਤ ਪੰਜਾਬ ਦੇ ਵਿੱਚ 2,335 ਟੋਲੀਆਂ ਬਣਾਈਆਂ ਗਈਆਂ। ਇਹਨਾਂ ਟੋਲੀਆਂ ਦੇ ਵਿੱਚੋਂ 13,341 ਕਾਰਕੁਨ ਜਿਹੜੇ ਉਹ ਲੱਗੇ ਰਹੇ, ਜਿਹਨਾਂ ਦੇ ਵਿੱਚ 1,129 ਔਰਤਾਂ ਤੇ 13,341 ਪੁਰਸ਼। ਪੰਜਾਬ ਦੇ ਵਿੱਚ 228 ਥਾਵਾਂ ਦੇ ਉੱਤੇ 502 ਸ਼ਾਖਾਵਾਂ ਚੱਲ ਰਹੀਆਂ ਨੇ। ਇਕਬਾਲ ਸਿੰਘ ਕਹਿੰਦਾ ਕਿ ਦੇਸ਼ ਦੇ ਅੰਦਰ ਪਿਛਲੇ ਸਾਲ ਮਾਰਚ ਦੇ ਮਹੀਨੇ 'ਚ 90% ਸ਼ਾਖਾਵਾਂ ਮੁੜ ਤੋਂ ਲੱਗੀਆਂ ਹੋਈਆਂ ਨੇ। ਸੰਘ ਦਾ ਕੰਮ ਦੇਸ਼ ਦੇ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਉਹ ਚੱਲ ਰਿਹਾ, ਔਰ ਉਹ ਇਹ ਵੀ ਕਹਿੰਦਾ ਕਿ ਜਿਵੇਂ ਦੇਸ਼ ਅੰਦਰ ਸੰਘ ਪਿੰਡਾਂ ਦੇ ਵਿਕਾਸ ਦੀ ਦਿਸ਼ਾ ਵੱਲ ਸਰਗਰਮੀ ਨਾਲ ਵੱਧ ਰਿਹਾ, ਉਸੇ ਤਰਜ਼ ਦੇ ਉੱਤੇ ਪੰਜਾਬ ਦੇ ਅੰਦਰ ਵੀ ਸੰਘ ਅੱਗੇ ਵੱਧ ਰਿਹਾ। ਬਹੁਤ ਸਾਰੇ ਲੋਕਾਂ ਨੂੰ ਇਹ ਸਰਗਰਮੀਆਂ ਜਿਹੜੀਆਂ ਸ਼ਾਇਦ ਮਾੜੀਆਂ ਮੋਟੀਆਂ
ਜਿਹਨਾਂ ਚੀਜ਼ ਦੇ ਉੱਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਪੈਰ ਲਾਉਣ ਦੀ ਕੋਸ਼ਿਸ਼ ਦੇ ਵਿੱਚ ਆ, ਇਹ ਵੱਖਰੀ ਗੱਲ ਹੈ ਜੀ ਕਿ ਇਸ ਵੇਲੇ ਇਹ ਇਹਨਾਂ ਕੋਸ਼ਿਸ਼ਾਂ ਨੂੰ ਇਸ ਕਰਕੇ ਜਿਹੜੀ ਢਾਹ ਲੱਗੀ ਹੈ, ਕਿਸਾਨ ਅੰਦੋਲਨ ਸ਼ੁਰੂ ਹੋ ਗਿਆ। ਨਹੀਂ ਤਾਂ ਜਿਹੜੇ ਪਿਛਲੀ ਜਿਹੜੀ ਸਰਕਾਰ 10 ਸਾਲ ਰਹੀ ਹੈ ਅਕਾਲੀ ਬੀਜੇਪੀ, ਉਹਦੇ ਦੌਰਾਨ ਸਾਰੇ ਜਗ੍ਹਾ ਦੇ ਉੱਤੇ ਆਪਣੇ ਪੈਰ ਜਿਹੜੇ ਜੀ ਉਹ ਪਸਾਰ ਲਏ। ਜਦੋਂ ਤੁਸੀਂ ਗੇਟ ਓਪਨ ਜਿਹੜੇ ਜੀ ਉਹ ਕਰ ਦਿੱਤੇ, ਫਿਰ ਇਹ ਸਾਰਾ ਕੁਛ ਜਿਹੜਾ ਜੀ ਹੋਣਾ ਹੀ ਸੀਗਾ। ਔਰ ਉੱਥੇ ਹੀ ਸੰਘ ਜਿਹੜਾ ਜੀ ਉਹ ਇਹ ਸੋਚਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਕਿਸੇ ਵੇਲੇ ਆਪਣੇ ਤੌਰ ਦੇ ਰਾਜ ਕਰੂ। ਬਿਲਕੁਲ ਜੀ, ਜੇ ਕਿਸਾਨਾਂ ਦਾ ਇਹ ਨਾ ਚੱਲਦਾ ਤੇ ਉਹਨੇ ਲੈ ਵੀ ਜਾਣਾ ਸੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਫਿਰ ਮਾਮੀ ਜੀ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।